ਅਸਲਾਮ ਵਾਲੇਕੁਮ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਆ ਜੁੜ ਲੈਣ ਦੋ ਚਾਰ ਜਣੇ ਅਤੇ ਫਿਰ ਕਰਦੇ ਹਾਂ ਆਪਾਂ ਗੱਲ ਵੀ ਕੌਣ ਕੌਣ ਹੈ ਸਾਨੂੰ ਵਹਿੰਦਾ ਇਸ ਵੇਲੇ ਦੁਨੀਆਂ ਤੁਰ ਪਈ। ਪਹਿਲਾਂ ਆਵਾਜ਼ ਦੱਸਿਓ, ਆਵਾਜ਼ ਕੋਈ ਸੁਣਦੇ ਹੋਣ ਸਾਨੂੰ, ਆਵਾਜ਼ ਦੱਸਿਓ, ਆਵਾਜ਼ ਸਹੀ ਆ ਰਹੀ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਕਰੰਟ ਜਿਹੜੀ ਸਿਚੁਏਸ਼ਨ ਜਿਹੜੀ ਚੱਲ ਰਹੀ ਉਹਦੇ ਹਵਾਲੇ ਦੇ ਨਾਲ ਪਹਿਲਾਂ ਕਾਇੰਡਲੀ ਜ਼ਰਾ ਵੇਖ ਦੱਸਣਾ ਵੀ ਆਵਾਜ਼ ਸਹੀ ਆ ਰਹੀ, ਕਮੈਂਟ ਕਰਕੇ ਕੋਈ ਦੋਸਤ ਦੱਸ ਦੇ। ਪਿੱਛੇ ਸਬਜ਼ੀ ਵੇਚਣ ਵਾਲਾ ਵੀ ਸਾਡੇ ਆ ਗਿਆ ਜੀ। ਹੋਰ ਸਾਰੇ ਠੀਕ ਠਾਕ ਹੋ ਜਿਹੜੇ ਸਾਨੂੰ ਸੁਣਨ ਡੇ? ਨਵਾਂ ਅਸੀਂ ਮੇਰਾ ਪਰਸਨਲ ਨਾਂ ਤੋਂ ਸਾਰੇ ਦੋਸਤ ਜਿੰਨੇ ਵੀ ਸੁਣਦੇ ਆ ਇਹਨੂੰ ਜ਼ਰੂਰ ਫੋਲੋ ਜਾਂ ਸਬਸਕ੍ਰਾਈਬ ਕਰ ਲਿਓ, ਕਿਉਂਕਿ ਛੋਟੀ ਮੋਟੀ ਇਨਫੋਰਮੇਸ਼ਨ ਤੁਹਾਡੇ ਤੱਕ ਰੱਖਦੇ ਰਹੀਦਾ। ਬਹੁਤੇ ਵੱਡੇ ਐਨਾਲਿਸਟ ਨਹੀਂ ਲੇਕਿਨ ਗੱਲਬਾਤ ਕਰਦੇ ਰਹੀਦਾ। ਕਿਉਂ ਕਾਸ? ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਜੀ, ਕਾਫੀ ਗਹਿਰੀ ਨਜ਼ਰ ਰੱਖਦੇ ਹੋ। ਫਿਰ ਵੀ ਬੰਦਾ ਜ਼ਾਹਰੀ ਗੱਲ ਜਿਹੜਾ ਕੰਮ ਕਰਦਾ ਹੋਵੇ, ਕਾਫੀ ਦਿਨਾਂ ਤੋਂ ਤੁਸੀਂ ਇਸ ਚੀਜ਼ ਨੂੰ ਫੋਲੋ ਅਪ ਕਰਦੇ ਪਏ ਹੋ, ਅਤੇ ਡੇ ਫਸਟ ਤੋਂ ਮੈਂ ਵੇਖ ਰਿਹਾ ਵਾਂ ਕਿ ਤੁਹਾਡਾ ਯਾਨੀ ਇਸ ਚੀਜ਼ ਦੇ ਉੱਤੇ ਗਹਿਰੀ ਨਜ਼ਰ ਹੈ। ਮੈਂ ਕੋਸ਼ਿਸ਼ ਕਰਦੇ ਰਹੀ ਦਾ ਵਿਕਾਸ, ਥੋੜ੍ਹੀ ਛੋਟੀ ਮੋਟੀ ਗੱਲ ਜਿਹੜੀ ਹੈ ਦੋਸਤਾਂ ਦੇ ਨਾਲ ਆਪਾਂ ਸ਼ੇਅਰ ਕਰਦੇ ਰਹੀਏ, ਜਿਹਦੇ ਨਾਲ ਜਿੰਨੀ ਕੁ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਦੀ ਹੈ ਉਹਨੂੰ ਲੋਕਾਂ ਤੱਕ ਰੱਖਣ ਦੀ। ਇੱਕ ਚੀਜ਼ ਹੋਰ ਮੈਂ ਤੁਹਾਡੇ ਜਿਹੜੇ ਪੱਖੋਂ ਫੀਲ ਕੀਤੀ ਹੈ, ਤੁਸੀਂ ਦੂਸਰਿਆਂ ਦੀ ਨਿਸਬਤ ਜਿਹੜਾ ਨਾ ਜ਼ਿਆਦਾ ਯਾਨੀ ਕੇਅਰ ਕਰ ਰਹੇ ਹੋ, ਮਤਲਬ ਲੋਕਾਂ ਨੂੰ ਅਵੇਅਰ ਕਰਦੇ ਪਏ ਹੋ, ਲੋਕਾਂ ਨੂੰ ਮੋਟੀਵੇਟ ਕਰਦੇ ਹੋ ਕਿ ਯਾਰ ਆਪਣਾ ਖਿਆਲ ਰੱਖੋ। ਅਸੀਂ ਜੋ ਕੇਅਰ ਦੀ ਹੈ ਆਪ ਹੀ ਇੱਥੇ ਬੈਠੇ ਵੇਖ ਲਾ, ਇੰਨੇ ਦਿਨ ਹੋ ਗਏ ਨਿਕਲੇ ਹੀ ਨਹੀਂ ਗਏ, ਕਿਤੇ ਗਏ ਹੀ ਨਹੀਂ। ਚਲੋ ਜਦੋਂ ਗਵਰਨਮੈਂਟ ਦੱਸਦੀ ਹੈ, ਸਰਕਾਰ ਦੱਸਦੀ ਹੈ, ਉੱਥੇ ਅਮਲ ਪੈਰਾ ਹੋਣਾ ਚਾਹੀਦਾ। ਬਿਲਕੁਲ, ਉੱਥੇ ਅਮਲ ਕਰਨਾ ਚਾਹੀਦਾ ਵੀ ਇਹਦੇ ਨਾਲ ਜੇ ਅਸੀਂ ਆਪਣੇ ਆਪ ਨੂੰ ਬਚਾ ਲਾਂਗੇ, ਆਪਣੀ ਫੈਮਿਲੀ ਨੂੰ ਬਚਾ ਲਾਂਗੇ, ਅਤੇ ਜ਼ਾਹਰੀ ਗੱਲ ਉਹਦੇ ਨਾਲ ਹੀ ਆਪਾਂ ਦੂਜਿਆਂ ਨੂੰ ਤਾਂ ਹੀ ਬਚਾ। ਬਿਲਕੁਲ ਇਸੇ ਤਰ੍ਹਾਂ, ਬਿਲਕੁਲ, ਜੇ ਅਸੀਂ ਘੋਲੋ ਕਰ ਦੇਣੀ ਹੈ ਨਹੀਂ ਬਚਾਉਣਾ ਆਪਣੇ ਆਪ ਨੂੰ, ਤਾਂ ਫਿਰ ਕੀ ਕਰਨਾ? ਬਿਲਕੁਲ ਸਹੀ ਗੱਲ ਕਰ ਰਹੇ ਹੋ ਤੁਸੀਂ। ਅੱਜ ਦੇ ਵਿਕਾਸ, ਅੱਜ ਹੁਣ ਜਿਹੜੀ ਪੋਜੀਸ਼ਨ ਚੱਲਦੀ ਹੈ ਪਾਕਿਸਤਾਨ ਦੇ ਵਿੱਚ, ਕਿੰਨੇ ਕੇਸਿਸ ਨੇ ਉਹਨਾਂ 'ਤੇ ਥੋੜ੍ਹੀ ਬਹੁਤੀ ਜਿਹੜੀ ਗਿਣਤੀ ਸਾਹਮਣੇ ਆ ਰਹੀ ਉੱਥੇ ਆਪਾਂ ਗੱਲ ਕਰਦੇ ਹਾਂ। ਅੱਛਾ, ਹੁਣ ਤਕਰੀਬਨ ਸਰਕਾਰੀ ਤੌਰ 'ਤੇ ਤਾਂ ਦੱਸਦੇ ਅੱਜ 48-49 ਕੇਸਿਸ ਬਣੇ ਆ ਹੋ ਗਿਆ ਪਾਕਿਸਤਾਨ ਦੇ ਵਿੱਚ। ਜੇ ਪੰਜਾਬ ਦੀ ਗੱਲ ਕਰਦੇ, ਪੰਜਾਬ 'ਚ ਸਾਰਿਆਂ ਨਾਲੋਂ ਵੱਧ ਕੇਸਿਸ ਇਸ ਵੇਲੇ ਸਾਹਮਣੇ ਆ ਗਏ ਆ, 2400-2500 ਸਿਰਫ ਪੰਜਾਬ ਕੇਸਿਸ। ਜੇ ਆਪਾਂ ਗੱਲ ਕਰਾਂ ਸ਼ੁਰੂ ਦੇ ਦਿਨਾਂ ਦੇ ਵਿੱਚ, ਇਹ ਕੇਸ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇੱਕ ਬਿਲਕੁਲ ਮਾਈਨਰ ਸਨ, ਲੇਕਿਨ ਇੱਕੋ ਪਰਾ ਵੱਧ ਕੇ ਆਪਾਂ ਤਿੰਨਾਂ ਸੂਬਿਆਂ ਤੋਂ ਵੱਧ ਗਏ, ਗਿਲਗਤ ਬਲਤਿਸਤਾਨ, ਆਜ਼ਾਦ ਕਸ਼ਮੀਰ, ਬਲੋਚਿਸਤਾਨ, ਖੈਬਰ ਪਖਤੂਨਖਵਾ, ਸਿੰਧ, ਇਹ ਸਾਰੇ ਇੱਕ ਸਾਈਡ 'ਤੇ, ਅਤੇ ਅਸੀਂ ਪੰਜਾਬ ਇੱਕ ਸਾਈਡ 'ਤੇ, ਫਿਰ ਵੀ ਕੇਸ ਜ਼ਿਆਦਾ ਨੇ। ਉਹਦੀ ਇੱਕ ਰੀਜ਼ਨ ਇਹ ਵੀ ਇਤਨੀ ਹੋ ਸਕਦੀ ਕਿ ਆਬਾਦੀ ਪਾਪੂਲੇਸ਼ਨ ਜ਼ਿਆਦਾ ਜਾਂ ਅਸੀਂ ਪਰਹੇਜ਼ ਨਹੀਂ ਕੀਤਾ। ਪਾਪੂਲੇਸ਼ਨ ਵੀ ਜ਼ਿਆਦਾ, ਨੋ ਡਾਊਟ ਪਾਪੂਲੇਸ਼ਨ ਜ਼ਿਆਦਾ, ਉਸ ਤੋਂ ਹਟ ਕੇ ਇਹਦੇ ਵਿੱਚ ਮੋਬਾਈਲ ਦੇਣਾ ਇੱਕ ਮਿੰਟ ਜ਼ਰਾ, ਇਹਦੇ ਵਿੱਚ ਇਸ ਤੋਂ ਹਟ ਕੇ ਇਹ ਵੀ ਗੱਲ ਆ, ਲੋਕ ਵੇਖੋ ਜਿੰਨੇ ਵੀ ਬਾਹਰ ਤਫਤਾਨ ਬਾਰਡਰ ਦੀ ਰਾਹੀਂ ਆਏ, ਮੈਂ ਗੱਲ ਕਰਦਾ ਹੁੰਦਾ ਵੀ ਜਿੰਨੇ ਵੀ ਲੋਕ ਆਏ ਨੇ ਉਹਨਾਂ ਤੋਂ ਜਿਹੜਾ ਵਾਇਰਸ ਜਿਹੜੇ ਉਹ ਲੋਕ ਉੱਧਰੋਂ ਆਏ ਨੇ ਉਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਜ਼ਿਆਦਾ ਹੋਸਪਿਟਲ ਵੱਡੇ ਨੇ। ਫੈਸਲਾਬਾਦ ਦੀ ਗੱਲ ਕਰ ਲਈਏ, ਲਾਹੌਰ ਦੀ, ਰਾਵਲਪਿੰਡੀ, ਇਸਲਾਮਾਬਾਦ, ਮੁਲਤਾਨ, ਬਹਾਵਲਪੁਰ, ਵੀ ਚੰਗੇ ਹਸਪਤਾਲ ਨੇ ਦੂਜੇ ਸ਼ਹਿਰਾਂ, ਦੂਜੇ ਸ਼ਹਿਰ ਥੋੜ੍ਹੇ ਜਿਹੇ ਪਛੜੇ ਨੇ, ਥੋੜ੍ਹੀ ਜਿਹੀ ਸਹੂਲੀਅਤ ਘੱਟ ਨੇ ਉਹਨਾਂ ਦੀ ਨਿਸਬਤ। ਮੇਰਾ ਖਿਆਲ ਇੱਧਰ ਜਿਹੜੇ ਕਰੰਤੀਨ ਸੈਂਟਰ ਬਣਾਏ ਨੇ ਉਹਨਾਂ 'ਚ ਮੁਖਤਲਿਫ ਸ਼ਹਿਰਾਂ ਦੇ ਵਿੱਚ ਸ਼ਿਫਟ ਕੀਤੇ ਗਏ ਨੇ ਲੋਕ, ਜਿਵੇਂ ਹੁਣ ਫੈਸਲਾਬਾਦ ਪਹਿਲਾਂ 150 ਸੀ, ਜੀ ਸੀ ਯੂਨੀਵਰਸਿਟੀ ਫੈਸਲਾਬਾਦ ਕੈਂਪਸ ਬਣਾਇਆ, ਕੈਂਪਸ ਦੇ ਵਿੱਚ ਇਹਨਾਂ ਹੋਸਪਿਟਲ ਬਣਾਇਆ ਸੀ, ਇਸੇ ਤਰ੍ਹਾਂ ਇਹਨਾਂ ਸ਼ਿਫਟ ਕੀਤੇ ਨੇ ਇਹਨਾਂ ਦੇ ਵਿੱਚ ਮੁਖਤਲਿਫ ਜਿਹੜੇ ਤਫਤਾਨ ਬਾਰਡਰ ਦੀ ਰਾਹੀਂ ਆਏ ਲੋਕ। ਲੇਕਿਨ ਉਹ ਅਕਾਊਂਟ ਤੇ ਸਾਡੇ ਖਾਤੇ 'ਚ ਸ਼ਹਿਰ ਦੇ ਖਾਤੇ 'ਚ ਅਕਾਊਂਟ ਕਰ ਰਹੇ ਨੇ ਉਹਨਾਂ ਨੂੰ? ਵੇਖੋ ਜੀ, ਹੈ ਤੇ ਆਨੇ ਵੀ ਸਾਰੇ ਹੈ ਤੇ ਪਾਕਿਸਤਾਨੀ ਸ਼ਹਿਰੀ ਨੇ, ਇੱਥੋਂ ਦੇ ਰਹਿਣ ਵਾਲੇ ਨੇ, ਲੇਕਿਨ ਜਿਹੜੇ ਮਕਾਮੀ ਲੋਕ ਨੇ ਉਹ ਡਰ ਜਾਂਦੇ ਨੇ ਇਸ ਗੱਲ ਤੋਂ। ਫੇਸਬੁੱਕ ਚਲਾਉਣਾ ਜ਼ਰਾ, ਮਕਾਮੀ ਲੋਕ ਥੋੜ੍ਹੇ ਜਿਹੇ ਤੋਂ ਘਾਬਰ ਵੀ ਜਾਂਦੇ ਆ। ਕੌਣ ਕੌਣ ਜੁੜਿਆ ਸਾਡੇ ਨਾਲ, ਇਹ ਵੀ ਆਪਾਂ ਇਹਦੇ 'ਤੇ ਗੱਲ ਕਰਦੇ ਹਾਂ। ਇਹ ਕੌਣ ਕੌਣ ਹੈ ਇਸ ਵੇਲੇ ਸਾਡੇ ਨਾਲ? ਚਲੋ ਲਾਗੇ ਹੋ ਜਾਂਦੇ ਆਪਾਂ ਜੀ, 108 ਲੋਕ ਸਾਨੂੰ ਵਹਿੰਦੇ ਆ ਜੀ ਇਸ ਵੇਲੇ। ਤਜਿੰਦਰ ਵਿਰਕ, ਸ਼ੁਏਬ ਰਾਣਾ ਮੇਰਾ ਦੋਸਤ ਹੈ, ਸ਼ੁਏਬ ਰਾਣਾ ਨਾਲ ਦੇ ਪਿੰਡ ਤੋਂ, ਆਲੀਆ ਖਿਜ਼ਰ ਬੜਾ ਸੋਹਣਾ ਪੰਜਾਬੀ ਦਾ ਗਾਉਣ ਦਾ ਗਾਉਂਦੇ ਨੇ, ਬੜੇ ਸਿੰਗਰ, ਅੱਜ ਕੱਲ੍ਹ ਇਹਨਾਂ ਦੀਆਂ ਵੀਡੀਓਜ਼ ਆਉਂਦੀਆਂ ਨੇ। ਸੋ ਸਾਰੇ ਦੋਸਤ, ਨਵਾਂ ਪੇਜ ਸੀ ਮੇਰੇ ਪਰਸਨਲ ਨਾਂ ਤੋਂ, ਪਹਿਲੀ ਵਾਰੀ ਲਾਈਵ ਹੋਏ ਆ, ਅਤੇ ਤੁਸੀਂ ਸਾਰੇ ਇਹਨੂੰ ਇੱਕ ਵਾਰੀ ਫੋਲੋ ਕਰ ਲਿਓ, ਬਟਨ 'ਤੇ ਦੱਬ ਦਿਓ, ਲਾਈਵ ਦੇ ਬਟਨ, ਘੈਂਟੀ ਵਾਲੇ ਬਟਨ ਨੂੰ ਦੱਬ ਦਿਓ,
ਤੇ ਇਹਦੇ 'ਚ ਆਪਾਂ ਐਗਜੈਕਟ ਗੱਲ ਕਰਦੇ ਹਾਂ ਵੀ ਅੱਜ ਮੈਨੂੰ ਸਵੇਰੇ ਸਵੇਰੇ ਇੱਕ ਸਾਰਿਆਂ ਨੇ ਪਹਿਲਾਂ ਇੱਕ ਖਬਰ 'ਤੇ ਝਾਤੀ ਪਾਵਾਂ ਉੱਤੇ ਗੱਲ ਕਰਦੇ ਹਾਂ ਆਪਾਂ ਵੀ ਸਵੇਰੇ ਸਵੇਰੇ ਅੱਜ ਆਉਂਦੀ ਸੀ ਨਿਊਜ਼ ਵੀ 1109 ਲੋਕ ਜਿਹੜੇ ਈਰਾਨ ਤੋਂ ਤਫਤਾਨ ਬਾਰਡਰ ਤੋਂ ਪਾਕਿਸਤਾਨ ਆਏ ਆ ਉਹ ਜ਼ਾਇਰੀਨ ਜਿਹੜੇ ਸ਼ੀਆ ਹਜ਼ਰਾਤ ਜ਼ਾਇਰੀਨ ਨੇ ਉਹਨਾਂ ਦੇ ਵਿੱਚੋਂ 1109 ਲੋਕ ਦਾ ਪਤਾ ਹੀ ਨਹੀਂ ਵੀ ਉਹ ਆਏ ਕਿਹੜੇ ਵੇਲੇ ਇੱਧਰ ਆਏ ਉਹਨਾਂ ਦੇ ਕੰਟੈਕਟ ਦਾ ਹੀ ਨਹੀਂ ਪਤਾ ਜਿਹੜੇ ਜਿਹੜੇ ਉਹਨਾਂ ਨੇ ਨੰਬਰ ਦਿੱਤੇ ਆ ਉਹ ਨੰਬਰ ਵੀ ਬੰਦ ਜਾ ਰਹੇ ਨੇ ਅਤੇ ਉਹ ਉਹਨਾਂ ਲੋਕਾਂ ਨਾਲ ਰਾਬਤਾ ਵੀ ਨਹੀਂ ਹੋ ਰਿਹਾ ਹੁਣ 1109 ਲੋਕ ਜਿਹੜੇ ਸਕਰੀਨਿੰਗ ਤੋਂ ਬਗੈਰ ਆ ਗਏ ਉਹ ਕਿਵੇਂ ਆ ਗਏ ਬੜਾ ਵੱਡਾ ਸਵਾਲ ਅਤੇ ਆਈਡੈਂਟੀਫਾਈ ਕਰ ਨਹੀਂ ਸਕਦੀ FIA ਕਿਉਂਕਿ ਵੇਖੋ ਨਾ ਇਹ ਤਾਂ ਸਾਰਾ ਪਾਸਪੋਰਟ ਐਂਟਰੀ ਹੋਈ ਇਹਨਾਂ ਦੀ ਜਦੋਂ ਇਮੀਗ੍ਰੇਸ਼ਨ ਹੋਈ ਇਹਨਾਂ ਦੀ ਅਤੇ ਪਾਸਪੋਰਟ ਦੀ ਬਿਹਾਫ 'ਤੇ ਆਈਡੀ ਕਾਰਡ ਅਤੇ ਆਈਡੀ ਕਾਰਡ ਦੇ ਬਿਹਾਫ 'ਤੇ ਫੋਨ ਨੰਬਰ ਐਗਜੈਕਟ ਚਲੋ ਕੋਈ ਇੱਕ ਬੰਦੇ ਦੇ ਨਾਂ 'ਤੇ ਚਾਰ ਚਾਰ ਪੰਜ ਪੰਜ ਨੰਬਰ ਨੇ ਲੇਕਿਨ ਐਟਲੀਸਟ ਜਗ੍ਹਾ ਹਰ ਕੁਛ ਨਾ ਕੁਛ ਤਾਂ ਲੱਭ ਸਕਦਾ ਇਹਨਾਂ ਬੰਦਿਆਂ ਦਾ ਬਿਲਕੁਲ ਲੱਭ ਸਕਦਾ ਲੇਕਿਨ ਹੁਣ ਲੱਭਣ ਵੇਖੋ ਨਾ ਜਿਹੜੇ ਆ ਗਏ ਉੱਥੋਂ ਕਲੀਅਰ ਹੋ ਕੇ ਪਾਕਿਸਤਾਨ ਵੜ ਗਏ ਆ ਬਗੈਰ ਕਿਸੇ ਸਕਰੀਨਿੰਗ ਤੋਂ ਤਾਂ ਸਾਰੀ ਗੱਲ ਹੁਣ ਉਹਨਾਂ ਲੁਕਣ ਲਈ ਵੀ ਥਾਂ ਉਹਨਾਂ ਲੋਕਾਂ ਨੇ ਦਿੱਤਾ ਇੱਕ ਕੇਸ ਮੇਰੇ ਸਾਹਮਣੇ ਸਾਡੇ ਪਿੰਡ ਦਾ ਯਾਨੀ ਪਿੰਡ ਤੋਂ ਅੱਗੇ ਇੱਕ ਪਿੰਡ ਸੀ ਅਤੇ ਉੱਥੇ ਬੰਦਾ ਜ਼ਾਇਰੀ ਨਹੀਂ ਆਇਆ ਅਤੇ ਉਹ ਪਤਾ ਚੱਲਿਆ ਯਾਨੀ ਕਿ ਮਤਲਬ ਇੱਥੇ ਬੰਦਾ ਆਇਆ ਅਤੇ ਮੁਕਾਮੀ ਚੌਂਕੀ ਦੇ ਬੰਦੇ ਉੱਥੇ ਪਹੁੰਚੇ ਨੇ ਅਤੇ ਉਹਨੂੰ ਪਤਾ ਲੱਗ ਗਿਆ ਅਤੇ ਉਹ ਘਰ ਯਾਨੀ ਭੱਜ ਗਿਆ ਜਿਵੇਂ ਕੋਈ 302 ਦਾ ਹੁੰਦਾ ਨਹੀਂ ਮੁਜਰਮ ਉਹ ਆਪਣਾ ਯਾਨੀ ਘਰੋਂ ਹੀ ਭੱਜ ਗਿਆ ਇਹ ਵੀ ਇਹਦੇ ਵਿੱਚ ਇਹ ਵੀ ਗੱਲ ਹੈ ਨਾ ਵੇਖਣ ਵਾਲੀ ਬਾਬਰ ਭਾਜੀ ਕੀ ਹਾਲ ਜੀ ਗਗਨਦੀਪ ਜੀ ਸ਼ੇਰਾ ਘੁੰਮਣ ਮਿਹਰਬਾਨੀ ਸਰ ਇਹਦੇ ਵਿੱਚ ਵੇਖਣ ਵਾਲੀ ਇਹ ਵੀ ਗੱਲ ਹੈ ਵੀ ਉਹਨਾਂ ਨੂੰ ਟ੍ਰੀਟ ਇਸ ਤਰ੍ਹਾਂ ਕੀਤਾ ਜਾਂਦਾ ਵੀ ਜਿਵੇਂ ਅਛੂਤ ਸਮਝਿਆ ਜਾਂਦਾ ਇਹ ਵੀ ਸਾਰਿਆਂ ਨਾਲ ਵੱਡੀ ਇਹਦੇ 'ਚ ਪ੍ਰੋਬਲਮ ਹੈ ਵੀ ਉਹ ਲੋਕ ਸਮਝਦੇ ਵੀ ਸਾਨੂੰ ਜਿਹੜੇ ਟ੍ਰੀਟ ਕਰਦੇ ਆ ਉਹ ਬਿਹਤਰ ਤਰੀਕੇ ਨਾਲ ਨਹੀਂ ਕਰਦੇ ਉਹਨਾਂ ਨੂੰ ਲੈ ਕੇ ਆਈਸੋਲੇਸ਼ਨ ਸੈਂਟਰ 'ਚ ਲੈ ਜਾਂਦੇ ਆ ਮੁੜ ਕੇ ਉੱਥੇ 12 ਦਿਨ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਅਤੇ ਗੱਲ ਵੀ ਇਹ ਵਾ ਵੀ ਜੇ ਉਹ ਸਮਝਦਾਰ ਆਪ ਵੀ ਹੋਣ ਤਾਂ ਉਹਨਾਂ ਇਹ ਜਿਹੜੇ ਆਈਸੋਲੇਸ਼ਨ ਸੈਂਟਰ ਬਣਾਏ ਆ ਘਰਾਂ 'ਚ ਵੀ ਆਈਸੋਲੇਟ ਹੋ ਸਕਦੇ ਆ ਐਜ਼ ਏ ਪੇਸ਼ੈਂਟ ਲੈਣ ਨਾ ਕਿ ਉਹਨਾਂ ਨੂੰ ਮਤਲਬ ਕੋਈ ਐਸਾ ਮੁਜਰਮ ਦੇ ਤੌਰ 'ਤੇ ਨਾ ਲੈਣ ਹੁਣ ਇਹਦੇ ਵਿੱਚ ਟੋਟਲ ਕੇਸਾਂ 'ਤੇ ਥੋੜ੍ਹੀ ਜਿਹੀ ਮੈਂ ਝਾਤੀ ਮਾਰਾਂ ਵੀ ਸਿੰਧ ਦੇ ਵਿੱਚ ਸਾਰਿਆਂ ਨਾਲ ਪਹਿਲਾਂ ਅਸੀਂ ਕੇਸਿਸ ਸਾਹਮਣੇ ਆਏ ਹੁਣ ਸਿੰਧ ਦੇ ਵਿੱਚ ਜਿਹੜੇ ਵਜ਼ੀਰਾਲਾ ਸਿੰਧ ਨੇ ਉਹਨਾਂ ਦੇ ਬਹਿਨੋਈ ਉਹਨਾਂ ਨੂੰ ਡੈਥ ਹੋ ਗਈ ਉਹਨਾਂ ਦੀ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਅਤੇ ਅੱਜ ਫਿਰ ਹੁਣੇ ਮੈਂ ਨਿਊਜ਼ ਵੇਖਣ ਡਿਆ 200 ਕੇਸਿਸ ਅੱਜ ਦੇ ਦਿਨ ਦੇ ਵਿੱਚ ਸਿੰਧ ਵਿੱਚ ਆ ਗਏ ਹਾਲਾਂਕਿ ਟੈਸਟਿੰਗ ਕਪੈਸਿਟੀ ਦੀ ਗੱਲ ਕਰੀਏ ਵੀ ਸਿੰਧ ਸਾਡੇ ਸੂਬੇ ਸਿੰਧ ਦੀ ਟੈਸਟਿੰਗ ਕਪੈਸਿਟੀ ਇਸ ਵੇਲੇ ਸਿਰਫ 600 ਆ ਸਹੀ 600 'ਚੋਂ 200 ਕੇਸਿਸ ਆ ਗਏ ਅਤੇ ਫਿਰ ਉਹ ਤਾਦਾਦ ਕਿੰਨੀ ਹੈ ਇਹ ਵੀ ਵੇਖਣਾ ਪੈਣਾ ਸਾਨੂੰ ਇਹਦੇ 'ਤੇ ਸੀਰੀਅਸਲੀ ਸੋਚਣਾ ਪੈਣਾ ਜੇ ਉਹਨਾਂ ਕਰਫਿਊ ਕੀਤਾ ਲਾਇਆ ਵਾ ਇੰਨੇ ਦਿਨਾਂ ਤੋਂ ਲੋਕਡਾਊਨ ਤੋਂ ਹਟ ਕੇ ਕਰਫਿਊ ਲਾਇਆ ਅਤੇ ਉਹਦੇ ਵਿੱਚ ਬਿਹਤਰੀ ਵੀ ਆ ਜੇ 200 ਕੇਸਿਸ ਕਰਫਿਊ ਦੇ ਬਾਵਜੂਦ ਆ ਸਕਦੇ ਤਾਂ ਵੱਧ ਵੀ ਸਕਦੇ ਨੇ ਬਿਲਕੁਲ ਇੱਕ ਕੱਲ੍ਹ ਬੜੀ ਤਸ਼ਵੀਸ਼ਨਾਕ ਜੀ ਮੇਰੇ ਸਾਹਮਣੇ ਨਿਊਜ਼ ਲੰਘੀ ਇੱਕ ਸੀਨੀਅਰ ਐਨਲਿਸਟ ਹੀ ਆਉਂਦਾ ਸੀ ਉਹ ਪ੍ਰੈਡਿਕਟ ਕਰਨ ਡਿਆ ਸੀ ਆਪਣਾ 25 ਆਲਰੇਡੀ 25 ਆ ਰਹੀ ਆ ਇਹਦੇ ਤੱਕ 75,000 ਕੇਸਿਸ ਪਾਕਿਸਤਾਨ 'ਚ ਹੋ ਸਕਦੇ ਆ 75,000 ਉਹ ਪ੍ਰੈਡਿਕਟ ਕਰਨ ਡਿਆ ਸੀ ਵੇਖੋ ਉਹਦੀ ਪ੍ਰੈਡਿਕਸ਼ਨ ਕਿਸ ਬਿਹਾਵ 'ਤੇ ਆ ਉਹ ਵੀ ਇਸੇ ਬਿਹਾਵ 'ਤੇ ਵੀ ਜਿੰਨੀ ਦੇਰ ਤੱਕ ਸਾਡੀ ਟੈਸਟਿੰਗ ਕਪੈਸਿਟੀ ਵਾਲੀ ਉਸ ਲੈਵਲ ਦੀ ਨਹੀਂ ਹੈ ਬਿਲਕੁਲ ਟੈਸਟਿੰਗ ਕਪੈਸਿਟੀ ਹੁਣ ਆਪਾਂ ਵਧਾਈ ਆ ਮੇਰਾ ਖਿਆਲ 2,000-3,000 ਤੇ ਲੈ ਗਏ ਆ ਤੇ ਜ਼ਾਰੀ ਗੱਲ ਹੈ ਜਦੋਂ ਟੈਸਟਿੰਗ ਕਪੈਸਿਟੀ ਵਧਾਈ ਉਹ ਕੇਸਿਸ ਸਾਹਮਣੇ ਆਉਣੇ ਹਾਲੇ ਤੇ ਉਹ ਲੋਕ ਨੇ ਜਿਹੜੇ ਡਰੇ ਘਰਾਂ 'ਚ ਲੁਕੇ ਬਾਅਦ ਸਾਹਮਣੇ ਇਹੀ ਵਜ੍ਹਾ ਹੋ ਸਕਦੀ ਹੈ ਕਿ ਅਮਰੀਕਾ ਦੀ ਜਿਹੜੀ ਤਾਦਾਦ ਹੈ ਉਹ ਬਾਕੀ ਮੁਲਕਾਂ ਦੀ ਨਿਸਬਤ ਜ਼ਿਆਦਾ ਕਿਉਂਕਿ ਉਹਨਾਂ ਕੋਲ ਫੈਸਿਲਿਟੀਜ਼ ਜ਼ਿਆਦਾ ਨੇ ਇਹ ਵੀ ਰੀਜ਼ਨ ਹੋ ਸਕਦਾ ਦੇਖੋ ਟੈਸਟਿੰਗ ਕਪੈਸਿਟੀ ਉਹਨਾਂ ਦੀ 2 ਲੱਖ ਦੇ ਕੋਲ ਦੱਸ ਦੇ 2-2.5 ਲੱਖ ਦੇ ਕੋਲ ਪਰ ਡੇ 2-2.5 ਲੱਖ ਲੋਕ ਦੀ ਟੈਸਟ ਹੋਣੇ ਆ ਉਹਨਾਂ ਨੂੰ ਜਿਹੜੇ ਈਵਨ ਉਹ ਦੱਸਦੇ ਨੇ ਸ਼ਾਇਦ ਕੋਈ ਕਿੱਟਾਂ ਜਿਹੜੀਆਂ ਉਹ ਪਰਸਨਲ ਵੀ ਘਰਾਂ ਤੱਕ ਵੀ ਪਹੁੰਚਾ ਰਹੇਗੇ ਤੁਸੀਂ ਘਰ ਦੇ ਵਿੱਚ ਪੰਜ ਮਿੰਟ 'ਚ ਉਹਦੀ ਰਿਪੋਰਟ ਆ ਜਾਂਦੀ ਹੈ ਇਹੀ ਬਿਲਕੁਲ ਗੱਲ ਇਹ ਕਿ ਹੋ ਸਕਦਾ ਸਾਡੇ ਵੀ ਇੱਥੇ ਤਾਦਾਦ ਕਿਤੇ ਜ਼ਿਆਦਾ ਹੋਵੇ ਸਾਡੇ ਕੋਲ ਫੈਸਿਲਿਟੀਜ਼ ਨਹੀਂ ਨੇ ਤੁਸੀਂ ਦੱਸ ਰਹੇ ਸੀ ਕੋਈ ਅੱਜ ਬਾਕੀ ਯਾਨੀ ਨੰਬਰਸ ਪੰਜਾਬ ਨੰਬਰ ਦੀ ਗੱਲ ਕਰੀਏ ਤੇ ਵੇਖੋ ਅੱਜ ਹੁਣ ਕੱਲ 68 ਮੌਤਾਂ ਹੋਈਆਂ ਸੀ ਕੱਲ ਦੀ ਜਿਹੜੀ ਰਿਪੋਰਟ ਸੀ ਅੱਛਾ ਅੱਜ ਇਹ ਵੀ ਗਵਰਨਮੈਂਟ ਰਿਪੋਰਟ ਅਫੀਸ਼ੀਅਲ ਰਿਪੋਰਟ 78 ਮੌਤਾਂ ਅੱਜ 10 ਵੱਧ ਗਈਆਂ 1-24 ਘੰਟੇ ਦੇ ਵਿੱਚ ਸਿਰਫ ਕੋਰੋਨਾ ਨਾਲ ਇਫੈਕਟ ਜਿਹੜੇ ਲੋਕ ਨੇ ਇਹ 78 ਜਾਂ ਹੁਣ ਤੱਕ ਦੀਆਂ ਨੇ ਜਾਂ ਇੱਕ ਦਿਨ ਦੀਆਂ ਨੇ ਨਹੀਂ ਟੋਟਲ 78 ਪਾਕਿਸਤਾਨ ਦੇ ਵਿੱਚ ਟੋਟਲ 78 ਨੇ ਇਸ ਵੇਲੇ ਠੀਕ ਹੋ ਗਿਆ ਜ਼ਾਹਰ ਜਵੇਦ ਕੁਲਦੀਪ ਜੀ ਕੀ ਹਾਲ ਚਾਲ ਹੈ ਜੀ ਸੁਖਜਿੰਦਰ ਸਿੰਘ ਸੁਖਜਿੰਦਰ ਜੀ ਪਹਿਲੀ ਵਾਰੀ ਅੱਜ ਆਪਾਂ ਮੈਂ ਆਪਣੇ ਪੇਜ ਤੋਂ ਲਾਈਵ ਹੋਇਆ ਸਾਰੇ ਦੋਸਤ ਜਿੰਨੇ ਸਾਨੂੰ ਸੁਣਦੇ ਇੱਕ ਵਾਰੀ ਫੋਲੋ ਕਰ ਲਿਓ ਪੇਜ ਨੂੰ ਲਾਈਕ ਕਰ ਲਿਓ ਛੋਟੀ ਮੋਟੀ ਅਪਡੇਟ ਜਿਹੜੀ ਆ ਇੱਧਰ ਦੀ ਪਾਕਿਸਤਾਨ ਨੂੰ ਦੀ ਲੈ ਕੇ ਉਹ ਤੁਹਾਡੇ ਤੱਕ ਰੱਖਦੇ ਰਹਾਂਗੇ ਜਿਹੜੇ ਸਾਨੂੰ ਪਾਕਿਸਤਾਨ ਵੇਖਣ ਵਾਲੇ ਜਾਂ ਆਲ ਓਵਰ ਦਾ ਵਰਲਡ ਪੂਰੀ ਦੁਨੀਆ ਤੋਂ ਵੇਖਣ ਵਾਲੇ ਆ ਉਹਨਾਂ ਤੱਕ ਕਨਫਰਮ ਜਿਹੜੇ ਕੇਸਿਸ ਨੇ ਇਹਦੀ ਅਪਡੇਟ ਜਿਹੜੀ ਵਕਤਨ ਫਕਤਨ ਆਪਾਂ ਦਿੰਦੇ ਰਹਾਂਗੇ ਬਲੋਚਿਸਤਾਨ ਦੀ ਵਿਕਾਸ 220 ਕੇਸ ਟੋਟਲ ਹੁਣ ਤੱਕ ਦੇ
ਆਬਾਦੀ ਦੇ ਲਿਹਾਜ਼ ਨਾਲ ਬਲੋਚਿਸਤਾਨ ਕਿੱਥੇ ਆ ਅਤੇ ਕੇਸਾਂ ਦੇ ਲਿਹਾਜ਼ ਨਾਲ ਕਿੱਥੇ ਆ? ਕੇਸ ਆਬਾਦੀ ਦੇ ਲਿਹਾਜ਼ ਨਾਲ ਕਾਫੀ ਜ਼ਿਆਦਾ ਨੇ, ਆਜ਼ਾਦ ਜੰਮੂ ਕਸ਼ਮੀਰ ਦੇ 34 ਅਤੇ ਖੈਬਰ ਪਖਤੂਨਖਵਾ ਦੇ 25, ਸਿੰਧ ਦੇ ਖੈਬਰ ਪਖਤੂਨਖਵਾ ਦੇ 25 ਕਿਵੇਂ? ਉਹ ਹਰ ਵਾਰੀ ਮਤਲਬ ਮੈਂ ਜਦੋਂ ਉਹਨਾਂ ਦੇਖਦੇ ਹਾਂ ਤਕਰੀਬਨ ਥੱਲੇ ਨੰਬਰ ਮਾਂਗਾ, ਇੱਕ ਮਾਂਗਾ ਪਿੰਡ ਆ ਮਰਦਾਨ 'ਚ, ਉੱਥੇ 39 ਕੇਸਿਸ ਦੇ ਇੱਕ ਪਿੰਡ 'ਚੋਂ ਆ ਗਏ ਸੀ, ਪਿੰਡ ਪੂਰਾ ਉਹਨਾਂ ਨੇ ਕਰ ਦਿੱਤਾ ਸੀ, ਕਾਰਡਨ ਆਫ ਕਰ ਦਿੱਤਾ ਸੀ। 39 ਕੇਸਿਸ ਦੇ ਉਹਦੇ ਆ, ਹੋ ਸਕਦਾ ਰਿਕਵਰ ਹੋ ਗਏ ਹੋਣ, ਮੇ ਬੀ ਰਿਕਵਰ ਹੋ ਗਏ ਹੋਣ, ਕਿਉਂਕਿ 39 ਕੇਸਿਸ ਘੱਟਦੇ ਤਾਂ ਨਹੀਂ, ਮੇਰਾ ਖਿਆਲ ਵੱਧਦੇ ਹੀ ਆ। ਨਹੀਂ ਸੋਰੀ 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 ਜੀ, ਖੈਬਰ ਪਖਤੂਨਖਵਾ ਦੇ 25 ਮੌਤਾਂ ਨੇ, ਸੋਰੀ 25 ਮੌਤਾਂ ਨੇ, 656 ਕੇਸਿਸ ਨੇ, ਸੋਰੀ ਜੀ 656 ਕੇਸਿਸ ਨੇ, ਠੀਕ ਹੋ ਗਿਆ, 25 ਮੌਤਾਂ ਨੇ ਖੈਬਰ ਪਖਤੂਨਖਵਾ ਵਿੱਚ। ਬਲੋਚਿਸਤਾਨ 'ਚ 2 ਮੌਤਾਂ ਹੋ ਗਈਆਂ, ਗਿਲਗਿਤ 'ਚ 3, ਪੰਜਾਬ 'ਚ 19 ਨੇ ਸਾਰਿਆਂ ਨਾਲ ਬਹੁਤੀਆਂ, ਇਸਲਾਮਾਬਾਦ 'ਚ 1। ਫਿਰ ਜੇ ਆਪਾਂ ਗੱਲ ਕਰਦੇ ਹਾਂ ਇਸਲਾਮਾਬਾਦ ਦੀ, ਇਸਲਾਮਾਬਾਦ 'ਚ 118। ਫਿਰ ਦੱਸ ਜਾਈਏ ਵੀ ਇਸਲਾਮਾਬਾਦ ਤੋਂ ਸਾਡੇ ਵੇਖਣ ਵਾਲਿਆਂ ਨੂੰ ਮੁਹੰਮਦ ਰਮਜ਼ਾਨ, ਰਮਜ਼ਾਨ ਕੀ ਹਾਲ ਹੈ, ਅਲੀ ਵਾਲਾ, ਜ਼ਾਹਦ ਜਵੇਦ। ਇਸਲਾਮਾਬਾਦ ਦੇ ਵਿੱਚ ਇੱਕ ਫਲਾਈਟ ਆਈ ਜਿਹੜੀ PIA ਲੈ ਕੇ ਆਈ ਟੋਰਾਂਟੋ ਤੋਂ ਜਾਂ UK ਤੋਂ, ਕਨਫਰਮ ਨਹੀਂ, 3-4 ਦਿਨ ਪਹਿਲੇ, 3-4 ਦਿਨ ਪਹਿਲੇ ਬਿਲਕੁਲ ਆਈ। ਉਹਦੇ 'ਚ 20 ਜਿਹੜੇ ਲੋਕ ਨੇ ਉਹ ਪੋਜ਼ਿਟਿਵ ਆ ਗਏ, ਵਿੱਚੋਂ ਹੀ 2 ਕਪਤਾਨ। ਅਤੇ ਉਹ ਫਲਾਈਟ 'ਚ ਕਿੰਨੇ ਲੋਕ ਸਨ, ਉਹ ਇੱਕ ਦੂਜੇ ਨਾਲ ਉੱਥੇ ਇੰਗੇਜ ਹੋਏ ਹੋਣੇ ਆ, ਮਿਲੇ ਵੀ ਹੋਣੇ ਆ, ਉਹਨਾਂ ਸੀਟਾਂ 'ਤੇ ਬੈਠੇ ਹੋਣੇ ਆ। ਅਤੇ ਉਹ ਇਸੇ ਬਿਹਾਵ 'ਤੇ ਮੇਰਾ ਖਿਆਲ ਇਹਨਾਂ ਨੇ ਜਿਹੜੀਆਂ ਫਲਾਈਟਾਂ ਸਪੈਸ਼ਲ ਫਲਾਈਟਾਂ ਸੀ ਉਡਾਉਣ ਦੀ, ਉਹ 21 ਤੱਕ ਮੌਖਰ ਕਰਤੀਆਂ ਵੀ 21 ਤੱਕ, ਤਾਂ ਬਾਅਦ ਫੈਸਲਾ ਕੀਤਾ ਜਾਵੇ ਵੀ ਉਹ ਫਲਾਈਟਾਂ ਉਡਾਉਣੀਆਂ ਕਿ ਨਹੀਂ ਉਡਾਉਣੀਆਂ। ਵੇਖੋ ਜਿਹੜੇ ਲੋਕ ਬਾਹਰ ਨੇ ਬਿਲਕੁਲ ਆਪਣੀਆਂ ਫੈਮਿਲੀਆਂ ਤੋਂ ਦੂਰ ਨੇ, ਇੰਡੀਆ ਦੇ ਵਿੱਚ ਇਸ ਵੇਲੇ 80-85 ਲੋਕ ਨੇ ਜਿਹੜੇ ਪਾਕਿਸਤਾਨੀ, ਉਹਨਾਂ ਨੂੰ ਲਿਆਉਣਾ ਵੀ ਵੇਖੋ ਇੱਕ ਟਾਰਗੇਟ ਆ। ਜਿਵੇਂ ਬਰਤਾਨੀਆ ਨੇ ਕਿਹਾ ਵੀ ਸਾਨੂੰ, ਅਸੀਂ ਉਹਦੇ ਵਾਸਤੇ ਗ੍ਰਾਂਟ ਮੁਕਤਸ ਕਰਦੇ ਹਾਂ ਆਪਣੇ ਲੋਕਾਂ ਨੂੰ ਆਪਣੇ ਵਤਨ ਵਾਪਸ ਲੈ ਕੇ ਆਉਣ ਦਾ, ਲੇਕਿਨ ਇਹ ਵੀ ਵੇਖਣਾ ਪੈਣਾ ਵਾ ਕਿ ਅਗਰ ਲੋਕਾਂ ਨੂੰ ਵਾਪਸ ਲੈ ਕੇ ਆਉਂਦੇ ਹਾਂ ਤਾਂ ਉਹਨਾਂ ਦਾ ਨੁਕਸਾਨ ਕਿੰਨਾ ਹੁੰਦਾ ਵਾ, ਉਹਨਾਂ ਦੇ ਰਾਹੀਂ ਵਾਇਰਸ ਕਿੰਨਾ ਫੈਲਦਾ ਵਾ, ਕਿਸ ਹੱਦ ਤੱਕ ਇਹ ਕਰੋਨਾ ਨਾਲ ਲੋਕ ਅਫੈਕਟ ਹੁੰਦੇ ਆ। ਸੋ ਇਹ ਵੀ ਗੱਲਾਂ ਵੇਖਣੀਆਂ ਪੈਣੀਆਂ, ਜਿੱਥੇ ਇੰਨੀ ਤੰਗ ਦਸਤੀ ਮਜਬੂਰੀ ਦੇ ਨਾਲ ਲੋਕ ਘਰਾਂ ਦੇ ਵਿੱਚ ਬੈਠੇ ਨੇ, ਜਿੱਥੇ ਉਹ ਹੈ ਨੇ ਉੱਥੇ। ਮੈਨੂੰ ਹੁਣ ਦੁਬਈ ਤੋਂ ਇੱਕ ਕਾਲ ਆਈ ਸੀ, ਬਲਕਿ ਵੀਡੀਓ ਮੈਸੇਜ ਆਇਆ ਸੀ ਵੀ ਦੁਬਈ ਦੇ ਵਿੱਚ ਪਾਕਿਸਤਾਨੀ ਅੰਬੈਸੀ ਵਾਲਿਆਂ ਨੇ ਘਰਾਂ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਉਣਾ ਸ਼ੁਰੂ ਕੀਤਾ, ਗਵਰਨਮੈਂਟ ਦੀ ਇੰਸਟਰਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ। ਸੋ ਇੱਥੇ ਇਸ ਗੱਲ ਨੂੰ ਵੀ ਮੇਰਾ ਖਿਆਲ ਹੈ ਗਵਰਨਮੈਂਟ ਨੂੰ ਵੇਖਣਾ ਪੈਣਾ ਵੀ ਜੇ ਅੰਬੈਸੀਆਂ ਦੀ ਰਾਹੀਂ ਜਿਹੜੇ ਆਪਣੇ ਮਜ਼ਦੂਰ ਨੇ ਉੱਧਰ ਨੇ ਜਾਂ ਵੈਸੇ ਵਿਜ਼ਟਰਸ ਨੇ ਫਸੇ ਦੂਜੇ ਮੁਲਕਾਂ 'ਚ, ਉਹਨਾਂ ਤੱਕ ਉਹ ਖਰਚਾ ਪਾਣੀ ਜਾਂ ਰਾਸ਼ਨ ਕਿਵੇਂ ਪਹੁੰਚਾਉਣਾ, ਉਹ ਕਿਵੇਂ ਰਹਿਣਾ, ਇਹ ਵੀ ਅੰਬੈਸੀਆਂ ਦੀ ਜ਼ਿੰਮੇਵਾਰੀ ਜੇ ਗਵਰਨਮੈਂਟ ਨੇ ਲਾਈ ਹੈ ਤਾਂ ਬਹੁਤ ਵਧੀਆ ਵਧੀਆ ਅੱਛਾ ਕੰਮ ਹੈ। ਬਿਲਕੁਲ ਇਸੇ ਤਰ੍ਹਾਂ ਵੇਖੋ ਜਦੋਂ ਕ੍ਰਿਟਿਸਿਜ਼ਮ ਕਰਨ ਤੇ ਉਹ ਤੇ ਆਂਦੇ ਤੇ ਪਹਿਲਾਂ ਤੇ ਆਪਣੇ ਮੁਲਕ ਤੇ ਪੂਰੇ ਕਰ ਲਓ ਤੇ ਉਹ ਵੀ ਤੇ ਆਪਣੇ ਸ਼ਹਿਰੀ ਬਿਲਕੁਲ ਇਸੇ ਤਰ੍ਹਾਂ। ਨਾਲੇ ਹੁਣ ਵਕਤ ਉਹ ਹੈ ਨਹੀਂ ਕਿ ਲੋਕੀ ਲੱਤਾਂ ਖਿੱਚਣ ਕ੍ਰਿਟਿਸਿਜ਼ਮ ਕਰਨ, ਹੁਣ ਤੇ ਇਹ ਵੇਖ ਕੇ ਇੱਕ ਦੂਸਰੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਅੱਗੇ ਵਧਣਾ, ਇਹਨੂੰ ਯਾਨੀ ਅਸੀਂ ਕਿਵੇਂ ਕਾਬੂ ਪਾ ਸਕਦੇ ਹਾਂ। ਉਸ ਤੋਂ ਬਾਅਦ ਸਾਰੀ ਗੱਲ ਦੁਨੀਆਦਾਰੀ ਹੈ, ਫਿਰ ਚੱਲਦਾ ਸਾਰਾ ਕੁਛ ਹੋਏਗਾ, ਜਿੱਥੇ ਮਤਲਬ ਕੋਈ ਮਾੜੀ ਗੱਲ ਹੋਏਗੀ ਉਹ ਵੀ ਪੁਆਇੰਟ ਆਊਟ ਕਰਨਾ ਚਾਹੀਦਾ ਵੀ ਹੈ, ਲੇਕਿਨ ਹਾਲ ਦੀ ਘੜੀ ਵਿੱਚ ਇਹ ਮੈਂ ਕਿ ਜਿਹੜਾ ਜਿੱਥੇ ਫਸਿਆ ਹੋਵੇ ਉਹਨੂੰ ਉੱਥੇ ਸਪੋਰਟ ਕਰਨਾ ਚਾਹੀਦਾ ਹੈ, ਲੋਕਲ ਗਵਰਨਮੈਂਟ ਦਾ ਵੀ, ਕਮਿਊਨਿਟੀ ਵੀ ਸਪੋਰਟ ਕਰੇ, ਗਵਰਨਮੈਂਟ ਵੀ ਜਿਹੜੀਆਂ ਅੰਬੈਸੀਆਂ ਨੇ ਉਹ ਵੀ ਸਪੋਰਟ ਕਰਨ। ਜਿਵੇਂ ਹੁਣ ਮੇਰੀ ਇੰਡੀਆ ਗੱਲ ਹੋਣ ਰਹੀ ਸੀ, ਮੁੰਡੇ ਪਾਕਿਸਤਾਨੀ ਆ ਇੱਥੇ ਸਰਗੋਧੇ ਦਾ, ਉਹ ਉੱਥੇ ਭੰਗੂਆਂ ਪਿੰਡ ਉੱਥੇ ਆ, ਅਤੇ ਉੱਥੋਂ ਦੇ DC ਆ ਜਾਂ ਮੁਤਲਕਾ ਉਹਨਾਂ ਦੇ ਪੋਲੀਟੀਸ਼ੀਅਨ ਨੇ ਉਹ ਬਿਲਕੁਲ ਸਪੋਰਟ ਕਰ ਰਹੇ ਆ। ਸਹੀ, ਉਹਨਾਂ ਦੇ ਵੀ ਆਪਣੀਆਂ ਅੰਬੈਸੀਆਂ ਬੜੀ ਸਪੋਰਟ ਕਰ ਰਹੀਆਂ ਉਹਨਾਂ ਦੀਆਂ ਵੀ, ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਆ, ਕੋਈ ਖਾਣ ਪੀਣ ਰਾਸ਼ਨ, ਈਵਨ ਕਿ ਉਹਨਾਂ ਨੇ ਨੰਬਰ ਵਗੈਰਾ ਉਹਨਾਂ ਨੂੰ ਦਿੱਤੇ ਆ ਵੀ ਤੁਹਾਨੂੰ ਕੋਈ ਚੀਜ਼ ਖਤਮ ਹੋ ਜਾਂਦੀ ਹੈ ਤੁਸੀਂ ਕਾਲ ਕਰੋ ਜਾਂ ਮੈਸੇਜ ਕਰੋ, ਤੁਹਾਡੇ ਘਰ ਤੱਕ ਜਿੱਥੇ ਤੁਸੀਂ ਤੁਹਾਡੀ ਰਹਿਸ਼ ਆ ਉੱਥੇ ਤੱਕ ਖਾਣਾ ਦਾਣਾ ਜਾਂ ਜਿਹੜੀ ਚੀਜ਼ ਚਾਹੀਦੀ ਪਹੁੰਚਾਵਾਂਗੇ। ਵੇਖੋ ਇਹ ਗੱਲਾਂ ਵੀ ਵੇਖਣੀਆਂ ਪੈਣੀਆਂ ਵੀ ਜਿਹੜੇ ਲੋਕ ਬਾਹਰ ਫਸੇ ਆ ਉਹਨਾਂ ਨੂੰ ਵੀ ਕਿਸ ਤਰ੍ਹਾਂ ਆਪਾਂ ਸੇਵ ਕਰਨਾ, ਬਜਾਏ ਇੱਥੇ ਲਿਆਉਣ ਦੇ ਉਹਨਾਂ ਨੂੰ ਉੱਥੇ ਰੱਖਿਆ ਜਾ ਸਕੇ। ਬਿਲਕੁਲ ਇਸੇ ਤਰ੍ਹਾਂ, ਹਾਂ ਉਹਨਾਂ ਵਾਸਤੇ ਗੱਲ ਸਮਝ ਸਕਦੇ ਹਾਂ ਵੀ ਜੇ ਮੇਰਾ ਭਰਾ ਪੁੱਤਰ ਕੋਈ ਚਾਚਾ ਮਾਮਾ ਹੋਵੇ ਤਾਂ ਮੈਨੂੰ ਦੋ ਹੈ ਤੇ ਹੈ ਯਾਰ ਉਹ ਮੇਰਾ ਉੱਥੇ, ਲੇਕਿਨ ਉਹਦੇ ਨਾਲ ਨਾਲ ਦੂਜੇ ਵੀ ਤਾਂ ਵੇਖਣੇ ਪੈਣੇ ਨਾ ਵੀ ਅਗਰ ਅਸੀਂ ਉਹਨਾਂ ਨੂੰ ਵਾਪਸ ਲੈ ਵੀ ਆਉਂਦੇ ਹਾਂ ਤਾਂ ਉਹਦਾ ਨੁਕਸਾਨ ਕਿੰਨਾ ਹੁੰਦਾ, ਕਿੰਨਾ ਨੁਕਸਾਨ ਹੁੰਦਾ। ਬਿਲਕੁਲ ਇਸੇ ਤਰ੍ਹਾਂ। ਸੋ ਫਿਲਹਾਲ ਤਾਂ ਜੀ ਹੁਣ ਇਹੀ ਹੈ ਕਿ ਮਤਲਬ ਇਤਿਹਾਸ ਸਭ ਤੋਂ ਜ਼ਰੂਰੀ ਹੈ, ਅਤੇ ਜਿਹੜਾ ਗਰਮੀ ਦੇ ਨਾਲ ਇਸ ਚੀਜ਼ ਨੂੰ ਲਿੰਕ ਕਰ ਰਹੇ ਨੇ ਕਿ ਮੌਸਮ ਚੇਂਜ ਹੋਏਗਾ ਤੇ ਚਲੇ ਜਾਏਗਾ ਕੋਈ ਇਹਦੇ ਵਿੱਚ ਕੋਈ ਕਿਸੇ, ਪਹਿਲਾਂ ਲਿੰਕ ਕਰਦੇ ਸੀ, ਮੈਂ ਰਾਤੀ ਵੇਖਣਾ ਲਿੰਕ ਕਰਦੇ ਸੀ ਵੀ ਜਿਹੜਾ ਨਾ ਵੈਦਰ ਦੇ ਨਾਲ ਜਾਂ ਕਹਿੰਦੇ ਸੀ ਵੀ ਜਿਹੜਾ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਜ਼ਿਆਦਾ ਕਰਦਾ। ਹੁਣ ਰਾਤ ਦੀ ਮੈਂ ਵੇਖਣਾ ਮੁਖਤਲਿਫ ਪਾਕਿਸਤਾਨੀ ਚੈਨਲਸ ਦੇ ਐਨਲਿਸਟ ਗੱਲ ਕਰਦੇ ਸੀ
ਵੀ ਉਹ ਆਪਣੀ ਜਗ੍ਹਾ ਚੇਂਜ ਕਰ ਰਿਹਾ ਵੀ ਉਹ ਏਜ ਦਾ ਇਹਦੇ 'ਚ ਇਫੈਕਟ ਕੋਈ ਨਹੀਂ, ਕਿਸੇ ਨੂੰ ਵੀ ਹੋ ਸਕਦਾ। ਜਿਵੇਂ ਹੁਣ ਇੱਕ ਮੌਤ ਹੋਈ ਕੱਲ੍ਹ ਲਾਹੌਰ ਦੇ ਵਿੱਚ, 44 ਸਾਲ ਦਾ ਸੀ ਮੁੰਡਾ, ਉਹ ਤਾਂ ਬੁੱਢਾ ਨਹੀਂ ਸੀ, ਬੁੱਢਾ ਨਹੀਂ ਸੀ, ਉਹਦਾ ਇਮਿਊਨ ਸਿਸਟਮ ਕਿੰਨਾ ਸੀ, ਸਟਰੋਂਗ ਸੀ, ਉਹ ਤਾਂ ਫਿਰ ਉਹਦੇ 'ਤੇ ਡਿਪੈਂਡ ਕਰਦਾ ਨਾ। ਫਿਰ ਡਾਕਟਰ ਸ਼ਾਹਦ ਮਸੂਦ ਹੈ, ਪਾਕਿਸਤਾਨੀ ਐਨਾਲਿਸਟ ਹੈ, ਉਹ ਕਹਿਣ ਡਿਆ ਸੀ ਕਿ ਪਾਕਿਸਤਾਨ ਇੰਡੀਆ ਦੇ ਵਿੱਚ ਉਹ ਜਿਹੜੇ ਪੰਜਾਬੀ ਦੀ ਕਹਾਵਤ ਹੈ, ਭੰਬੀਰੀ ਵਾਲੇ ਟੀਕੇ, ਹਾਂਜੀ ਮੋਢੇ ਤੇ ਲੱਗਦੇ ਜਿਹੜਾ ਜਦੋਂ ਨਿਸ਼ਾਨ ਪੈ ਜਾਂਦਾ ਕਾਫੀ ਵੱਡਾ, ਨਿਸ਼ਾਨ ਪੈਂਦਾ ਭੰਬੀਰੀ ਵਾਲੇ ਟੀਕੇ ਜਿਹਨੂੰ ਲੱਗੇ ਆ ਨਾ, ਜਿਹਨਾਂ ਨੂੰ ਉਹਨਾਂ ਦਾ ਇਮਿਊਨ ਸਿਸਟਮ ਸਟਰੋਂਗ ਹੈ, ਉਹਨਾਂ ਤੇ ਘੱਟ ਇਫੈਕਟ ਕਰਦਾ ਹੈ। ਇਸ ਤੋਂ ਪਾਕਿਸਤਾਨ ਇੰਡੀਆ ਦੇ ਵਿੱਚ ਕੇਸਿਸ ਘੱਟ ਨੇ, ਲੇਕਿਨ ਇਹ ਵੀ ਹੁਣ ਅੱਗੇ ਜਾ ਕੇ ਵੇਖਣਾ ਪੈਣਾ ਵੀ ਜਿਵੇਂ ਹੁਣ ਕੇਸਿਸ ਵੱਧ ਰਹੇ ਨੇ, ਫਿਰ ਉਹ ਭੰਬੀਰੀ ਟੀਕਿਆਂ ਨੇ ਕੰਮ ਕੀਤਾ ਨਹੀਂ ਕੀਤਾ। ਅਸੀਂ ਜਿਵੇਂ ਸੀਰੀਅਸ ਗੱਲ ਕਰਨੇ ਪਏ ਕਿ ਲੋਕ ਕਿੰਨੇ ਕੁ ਸੀਰੀਅਸ ਨੇ, ਇਸੇ ਚੀਜ਼ ਨੂੰ ਲੈ ਕੇ ਕੱਲ੍ਹ ਅਸੀਂ ਇੱਕ ਵੀਡੀਓ ਵੇਖੀ ਸੀ ਜਿਹਦੇ ਵਿੱਚ ਉਹ ਯਾਨੀ ਉਹ ਹੋਸਪਿਟਲ ਸੀ, ਉਹਦੇ ਰੂਮ ਦੇ ਵਿੱਚ ਡਾਕਟਰ ਅਤੇ ਮਰੀਜ਼ ਜਿਹੜਾ ਉਹ ਕੋਈ ਡਾਂਸ ਵਗੈਰਾ ਕਰਦੇ ਪਏ ਸੀ, ਸ਼ਾਇਦ ਕੋਈ ਇਸੇ ਯਾਨੀ ਕੇਸ ਤੋਂ ਰਿਲੇਟਡ ਹੀ ਉਹ ਪੇਸ਼ੈਂਟ ਸੀ, ਤੇ ਉਹ ਆਇਆ ਕਿ ਇੰਟਰਟੇਨਿੰਗ ਸੀ, ਯਾਨੀ ਮੋਟੀਵੇਟ ਕਰਦੇ ਪਏ ਸੀ। ਜਦੋਂ ਕ੍ਰਿਟਿਸਿਜ਼ਮ ਕਰਨ ਤੇ ਉਹ ਨਾ ਉਦੋਂ ਤੇ ਬਹੁਤ ਕਰ ਦਿੰਦੇ ਆ ਵੀ ਇਹ ਤੁਸੀਂ ਕੀ ਡਰਾਮਾ ਬਣਾਇਆ, ਵੇਖੋ ਜਿਹੜੇ ਲੋਕ ਉੱਥੇ ਨੇ ਅੰਦਰ ਨੇ, ਉਹਨਾਂ ਦਾ ਜੇ ਆਪਾਂ ਕਹੀਏ ਵੀ ਉਹਨਾਂ ਦੀ ਇੰਟਰਟੇਨਮੈਂਟ ਵਾਸਤੇ ਛੋਟਾ ਮੋਟਾ ਇਸ ਤਰ੍ਹਾਂ ਦਾ, ਜੇ ਉਹਨਾਂ ਨੂੰ ਜ਼ਹਿਨੀ ਤੌਰ ਤੇ ਥੋੜਾ ਜਿਹਾ ਬਾਹਰ ਕੱਢਣ ਲਈ ਉਸ ਕੰਮ ਚੋਂ, ਉਸ ਪਰੇਸ਼ਾਨੀ ਚੋਂ ਜਿਹੜਾ ਹੁਣ 14 ਦਿਨ ਵਾਲੀ ਉੱਥੇ ਕੈਦ ਹੋ ਗਿਆ, ਉਹਦੇ ਵਾਸਤੇ ਤੇ ਪਰੇਸ਼ਾਨੀ ਆਟੋਮੈਟਿਕ ਬਣੀ ਹੈ। ਸਿਰਫ ਇੱਕ ਇਹ ਗੱਲ ਸੁਣ ਕੇ ਕਿ ਮੈਨੂੰ ਇਹ ਇਸ਼ੂ ਆ ਗਿਆ ਵੇ, ਇਹ ਬੰਦਾ ਅੱਧਾ ਤੇ ਉਂਝ ਖਾ ਜਾਂਦੀ ਹੈ, ਮਤਲਬ ਮੈਂਟਲੀ ਤੌਰ ਤੇ ਅਸੀਂ ਹੁਣ ਬੈਠੇ ਨਾ, ਸਾਨੂੰ ਇਹ ਇੰਨੀ ਪਰੇਸ਼ਾਨੀ ਕਿ ਕੋਈ ਬਾਹਰ ਦਾ ਬੰਦਾ ਨਾ ਆ ਜਾਵੇ। ਇੱਕ ਬੰਦੇ ਨੇ ਜਿਹਨੂੰ ਡਿਕਲੇਅਰ ਹੋ ਗਿਆ ਕਿ ਭਾਜੀ ਤੁਹਾਨੂੰ ਹੈ ਵੇ, ਉਹਨੂੰ ਹਸਪੀਟਲ ਵੀ ਪਹੁੰਚਾ ਦਿੱਤਾ ਗਿਆ, ਫਿਰ ਉੱਥੇ ਜਾ ਕੇ ਤੇ ਉਹ ਆਪਣਾ ਮੈਂਟਲੀ ਜਿਹੜਾ ਸਾਰੀ ਗੱਲ ਡਿਸਟਰਬ, ਯਾਨੀ ਉਹਦੀ ਟ੍ਰੀਟਮੈਂਟ, ਯਾਨੀ ਉਹ ਇਸ ਤਰ੍ਹਾਂ ਕਰ ਰਹੇ ਨੇ ਕਿ ਉਹ ਜ਼ਰਾ ਜ਼ਹਿਨੀ ਤੌਰ ਤੇ ਫਰੈਸ਼ ਵੀ ਰਹੇ। ਹਾਂ ਫਰੈਸ਼ ਵੀ ਰਹੇ, ਜੋ ਇਹ ਵੀ ਜੇ ਵਧੀਆ ਸੋਚਣ ਤੇ ਆ, ਉਹ ਪੋਜ਼ਿਟਿਵ ਸੋਚ ਲੈ ਜਾਓ ਤੇ ਉਹਦੇ ਵਿੱਚ ਠੀਕ ਵੀ ਆ, ਇਹਦੇ ਵਿੱਚ ਵੀ ਕੋਈ ਨਹੀਂ। ਹਾਂਜੀ, ਜੇ ਹਸਪੀਟਲ 'ਚ ਉਹਨਾਂ ਨੇ ਖੁੱਲ੍ਹਾ ਜਿਹਾ ਗਾਉਣ ਵਜਾਉਣ ਕਰ ਲਿਆ, ਉਹਨਾਂ ਦੀ ਮਨੋਰੰਜਨ ਵਾਸਤੇ ਕੋਈ ਵੱਡਾ ਮਸਲਾ ਨਹੀਂ ਹੈਗਾ। ਸਹੀ ਸਹੀ। ਹੁਣ ਸਾਡੇ ਨਾਲ ਜੀ ਗੁਰਲਾਲ ਮਾਨ, ਲਖਵਿੰਦਰ ਸਿੰਘ ਵੜੈਚ, ਜ਼ਿਸ਼ਾਨ, ਸ਼ਮਸ਼ੇਰ ਸਿੰਘ, ਮੈਰੀ ਰਮਜਾਨ, ਬਾਬਾ ਰਮਜਾਨ। ਅੱਛਾ ਜੀ, ਹੋਰ ਇਸ ਤੋਂ ਹਟ ਕੇ ਰਾਸ਼ਨ ਦੀ ਗੱਲ ਕਰਦੇ ਹਾਂ। ਅੱਜ ਤੋਂ ਮੇਰਾ ਖਿਆਲ ਇਨਸਾਫ ਇਮਦਾਦ ਦਾ ਪੈਸੇ ਜਿਹੜੇ ਮਿਲਣੇ ਸ਼ੁਰੂ ਹੋ ਗਏ, ਬਿਲਕੁਲ ਇਸੇ ਤਰ੍ਹਾਂ। ਤੇ ਉਹਨਾਂ ਪੈਸਿਆਂ ਦਾ ਵੈਸੇ ਤਰੀਕਾਕਾਰ ਤੇ ਮੈਂ ਸਮਝਦਾ ਬਹੁਤ ਵਧੀਆ ਬਿਹਤਰ ਹੈ, ਠੀਕ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਜਿੰਨੇ ਵੀ ਜਿੰਨਾ ਕੋਲ ਐਂਡਰਾਇਡ ਫੋਨ ਹੈਗਾ ਆਪਣੇ ਮੋਬਾਈਲ 'ਚ ਐਪ ਡਾਊਨਲੋਡ ਕਰੋ ਇਨਸਾਫ ਇਮਦਾਦ, ਉੱਥੇ ਰਜਿਸਟ੍ਰੇਸ਼ਨ ਕਰ ਲਓ, ਤੇ ਜਿੰਨੇ ਵੀ ਬੈਂਕ ਨੇ ਜਿਹੜੇ ਉਹਨਾਂ ਨੇ ਸਿਲੈਕਟ ਕੀਤੇ ਨੇ ਉਹਨਾਂ 'ਤੇ ਜਾ ਕੇ ਤੁਸੀਂ ਥੰਬ ਆਪਣਾ ਲਾਓ ਅਤੇ ਪੈਸੇ ਕਢਾ ਲਓ। ਤਰੀਕਾ ਤਾਂ ਸੌਖਾ ਹੀ ਹੈ, ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਜਾਂ ਜਿਨ੍ਹਾਂ ਕੋਲ ਨਹੀਂ ਹੈਗਾ ਐਂਡਰਾਇਡ ਮੋਬਾਈਲ, ਉਹ ਔਨਲਾਈਨ ਕਿਸੇ ਕੋਲੋਂ ਫੋਰਮ ਫਿਲ ਕਰਵਾ ਲਓ। ਉਹਦੇ ਵਿੱਚ ਰਿਸਟ੍ਰਿਕਸ਼ਨ ਇਹ ਰੱਖੀ ਆ ਕਿ ਜਿਹਦਾ ਪਾਸਪੋਰਟ ਬਣਿਆ ਵਾ ਉਹਨੂੰ ਵੀ, ਉਹ ਵੀ ਐਲੀਜੀਬਲ ਨਹੀਂ ਗਾ ਇਹਦੇ ਵਾਸਤੇ, ਇਸ 12,000 ਵਾਸਤੇ, 12,000 ਵਾਸਤੇ। ਤੇ ਪੈਸੇ ਵੀ ਮੇਰਾ ਖਿਆਲ ਹੈ ਵੀ ਰੀਜ਼ਨੇਬਲ ਅਮਾਊਂਟ ਹੈ, 12,000 ਇੱਕ ਫੈਮਿਲੀ ਵਾਸਤੇ, ਹਾਂਜੀ ਇਹ ਥੋੜੇ ਨਹੀਂ ਹੈਗੇ। ਸੋ ਇਹ ਵੀ ਅੱਜ ਤੋਂ ਮਿਲਣੇ ਸ਼ੁਰੂ ਹੋ ਜਾਣੇ, ਇਹਦੇ ਵੱਲੋਂ ਵੀ ਬਿਹਤਰ ਹੈ ਵੀ ਜਿੰਨੀ ਆਵਾਮ ਤੱਕ ਜਿਹੜੇ ਲੋਕ ਹੱਕਦਾਰ ਨੇ ਉਹਨਾਂ ਤੱਕ ਪਹੁੰਚੇ, ਜਿਹੜੇ ਦੂਜੇ ਲੋਕ ਨੇ ਜਿਹੜੇ ਨਹੀਂ ਹੱਕਦਾਰ, ਮੇਰਾ ਨਹੀਂ ਖਿਆਲ ਉਹਨਾਂ ਨੂੰ ਲੈਣੇ ਚਾਹੀਦੇ, ਉਹਨਾਂ ਵਾਸਤੇ ਮੁਨਾਸਿਬ ਵੀ ਨਹੀਂ ਹੈ, ਅਤੇ ਇਹ ਵੈਸੇ ਵੀ ਅਖਲਾਕੀ ਤੌਰ 'ਤੇ ਸਹੀ ਨਹੀਂ ਹੈ ਵੀ ਜੇ ਤੁਸੀਂ ਉਹਦੇ ਵਾਸਤੇ ਐਲੀਜੀਬਲ ਨਹੀਂ, ਰੱਬ ਨੇ ਤੁਹਾਨੂੰ ਦਿੱਤਾ, ਅਤੇ ਉਹਨਾਂ ਤੱਕ ਪਹੁੰਚਣ ਦਿਓ ਜਿੰਨਾ ਤੱਕ ਪਹੁੰਚਣ ਚਾਹੀਦਾ। ਬਸ ਇਹ ਚੀਜ਼ ਹੈ ਕਿ ਥੋੜ੍ਹਾ ਜਿਹਾ ਫਾਸਟਲੀ ਕੰਮ ਹੋ ਜਾਵੇ ਲੋਕ, ਕਿਉਂਕਿ ਬਹੁਤ ਜ਼ਿਆਦਾ ਮਜਬੂਰ ਨੇ, ਬਹੁਤ ਜ਼ਿਆਦਾ ਮਜਬੂਰ ਹੋਏ ਨੇ ਜਿਹੜਾ ਸਫੇਦ ਪੁਸ਼ ਲੋਕ ਨੇ ਨਾ, ਉਹ ਲੋਕ ਤਾਂ ਵਿਚਾਰੇ ਬਹੁਤ ਜ਼ਿਆਦਾ ਤੰਗ ਨੇ। ਮੈਂ ਦੇਖਿਆ ਕਿਉਂਕਿ ਇੱਕ ਤਾਂ ਮੈਂ ਜੋ ਚੀਜ਼ ਬਾਹਰ ਨਿਕਲ ਕੇ ਜੋ ਆਪ ਚੀਜ਼ ਫੀਲ ਕੀਤੀ ਉਹਦੇ ਵਿੱਚ ਇਹ ਵੀ ਕਿ ਜਿਹੜੇ ਪ੍ਰੋਫੈਸ਼ਨਲ ਬੈਗਰਸ ਨੇ ਨਾ, ਉਹਨਾਂ ਦੀ ਤਾਂ ਚਾਂਦੀ ਹੋਈ ਪਈ ਹੈ, ਠੀਕ ਹੈ, ਉਹਨਾਂ ਦੀ ਚਾਂਦੀ। ਲੋਕ ਵੀ ਜ਼ਿਹਨੀ ਤੌਰ ਤੇ ਥੋੜ੍ਹਾ ਜਿਹਾ ਨਾ, ਜਿੰਨਾ ਕੋਲ ਚਲੋ ਮੇਰੇ ਕੋਲ ਜੇ 200-400-500 ਰੁਪਈਆ ਤਾਂ ਮੈਂ ਵੀ ਆਹਨਾਂ ਯਾਰ 100 ਕਿਸੇ ਨੂੰ ਦੇਦਾਂ ਤਾਂ ਕੋਈ ਗੱਲ ਨਹੀਂ ਯਾਰ, ਨਰਮ ਦਿਲ ਹੋਏ ਨੇ ਉਹਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਬੈਗਰ ਨੇ ਉਹਨਾਂ ਦੀ ਤਾਂ ਇਸ ਟਾਈਮ ਚਾਂਦੀ ਹੋਈ ਪਈ ਹੈ। ਜਿਹੜੇ ਲੋਕ ਹੈ ਨੇ ਨਾ ਵਿਚਾਰੇ ਮਜ਼ਦੂਰ ਦਿਹਾੜੀਦਾਰ, ਔਰ ਜਿਹਨਾਂ ਨੇ ਸਵੇਰ ਜਾ ਕੇ ਕੰਮ ਕਰਕੇ ਰਾਤ ਨੂੰ ਜੋ ਕਮਾਈ ਕੀਤੀ ਲਿਆ ਕੇ ਆਪਣੇ ਬਾਲਾਂ ਨੂੰ ਖਵਾਉਣਾ, ਉਹ ਲੋਕ ਵਿਚਾਰੇ ਨਾ ਕਿਸੇ ਅੱਗੇ ਹੱਥ ਫਲਾਉਣ ਜੋਗੇ ਨੇ, ਕੋਈ ਕਿਸੇ ਅੱਗੇ ਯਾਨੀ ਜਾ ਕੇ ਮੰਗ ਵੀ ਨਹੀਂ ਸਕਦਾ, ਔਰ ਅੱਜ ਕੱਲ੍ਹ ਦੇ ਹਾਲਾਤ ਦੇ ਵਿੱਚ ਕਿਸੇ ਨੇ ਮਤਲਬ ਅਗਰ ਉਧਾਰ ਵੀ ਲੈਣ ਜਾਓਗੇ ਤਾਂ ਕੋਈ 100 ਵਾਰੀ ਸੋਚੇਗਾ। ਸੋ ਉਹ ਲੋਕ ਜਿਹੜੇ ਨੇ ਨਾ, ਉਹ ਵਿਚਾਰੇ ਇਸ ਟਾਈਮ ਬਿਲਕੁਲ ਪਿਸਦੇ ਪਏ ਨੇ। ਅਤੇ ਜਿਹੜੇ ਮੈਂ ਇੱਕ ਹੋਰ ਚੀਜ਼ ਦੇਖੀ ਕਿ ਜਦੋਂ ਤੁਸੀਂ ਜਾ ਕੇ ਜਦੋਂ ਬਾਹਰ ਜਾ ਕੇ ਕੋਈ ਚੀਜ਼ ਲੈ ਕੇ ਜਾਂਦੇ ਹੋ ਨਾ, ਕੋਈ ਰਾਸ਼ਨ ਜਾਂ ਵੈਸੇ, ਤਾਂ ਤੁਸੀਂ ਸੋਚਦੇ ਹੋ ਕਿ ਮੈਂ ਜਾ ਕੇ ਮਜ਼ਦੂਰਾਂ ਦੇ ਵਿੱਚ ਜਾ ਕੇ ਵੰਡਾਂਗਾ, ਤੁਸੀਂ ਇੱਕ ਮਿੰਟ ਖਲੋ ਕੇ ਆਪਣੀ ਗੱਡੀ ਦਾ ਸ਼ੀਸ਼ਾ ਖੋਲੋ, ਹੋ ਸਕਦਾ ਤੁਹਾਨੂੰ ਗੱਡੀ ਵੀ 2 ਮਿੰਟ ਬਾਅਦ ਨਾ ਲੱਭੇ। ਮੈਂ ਇਵੇਂ ਹੋਇਆ ਸਾਡੇ ਨਾਲ, ਅਸੀਂ
ਪਹਿਲੇ ਦੂਜਾ ਦਿਨ ਸੀ ਅਸੀਂ ਉਹ ਸੈਨੀਟਾਈਜ਼ਰ ਬਣਾ ਕੇ ਪੈਕਟ ਦੇਣ ਚਲੇ ਇੱਕ ਚੌਕ ਘੰਟਾ ਘਰ ਤੇ ਚਲੋ ਇੱਥੇ ਮਜ਼ਦੂਰ ਨੇ ਇਹਨਾਂ ਨੂੰ ਦਿੰਦੇ ਉਹ ਤੇ ਗੱਡੀ ਨੂੰ ਪੂਰੀ ਸਾਡੀ ਨੂੰ ਘੇਰਾ ਪੈ ਗਿਆ ਤੇ ਸਾਰੇ ਇਕੱਠੇ ਹੋ ਗਏ ਉਹ ਚਾਚਾ ਮੇਰਾ ਉਹ ਮੇਰੀ ਅੰਮੀ ਦਾ ਉਹ ਮੇਰੀ ਮਾਈ ਦਾ ਇਹ ਸੈਨੀਟਾਈਜ਼ਰ ਹੈ ਹਾਲਾਂਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਸ਼ਾਇਦ ਇਸਤੇਮਾਲ ਕਿਵੇਂ ਕਰਨਾ ਹੈ ਇਹ ਸ਼ਾਇਦ ਕੀ ਹੈ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਇਹ ਵੀ ਨਹੀਂ ਪਤਾ ਖਾਣਾ ਕਿਵੇਂ ਸੋ ਉਹ ਉਹਦੇ ਵਿੱਚ ਮੇਰੀ ਨਿੱਕੀ ਭੈਣ ਦਾ ਮੇਰੀ ਵੱਡੀ ਭੈਣ ਦਾ ਇਹ ਵੀ ਨਹੀਂ ਫਿਰ ਵੇਖਦੇ ਵੀ ਯਾਰ ਇਹਦੀ ਹੈ ਕੀ ਆ ਕਾਹਦੇ ਵਾਸਤੇ ਕਾਹਦੇ ਵਾਸਤੇ ਬਣਿਆ ਤੇ ਦੂਜਾ ਹੋਰ ਸਾਰੇ ਨਾ ਇੱਕ ਹਟਵੇਂ ਹਟ ਕੇ ਇਸ ਤੋਂ ਗੱਲ ਹੁਣ ਵਾਢੀਆਂ ਸ਼ੁਰੂ ਹੋ ਗਈਆਂ ਇਹਦੇ 'ਤੇ ਵੀ ਜਦੋਂ ਨੋਰਮਲ ਦਿਨਾਂ ਦੇ ਵਿੱਚ ਆਮ ਦਿਨਾਂ ਜਦੋਂ ਵਾਢੀਆਂ ਸ਼ੁਰੂ ਹੁੰਦੀਆਂ ਸੀ ਗਲਾ ਖਰਾਬ ਹੋ ਜਾਂਦੇ ਸੀ ਜ਼ੁਕਾਮ ਹੋ ਜਾਂਦਾ ਸੀ ਕਿਉਂਕਿ ਉਹ ਧੂੜ ਵਗੈਰਾ ਉੱਡਦੀ ਹੈ ਆਸੇ ਪਾਸੇ ਸਾਰੀਆਂ ਕਣਕਾਂ ਦਾ ਪ੍ਰੈਸ਼ਰ ਚੱਲ ਰਹੇ ਹੁੰਦੇ ਨੇ ਉਹ ਸਾਰਾ ਬਿਲਕੁਲ ਇਸੇ ਤਰ੍ਹਾਂ ਪ੍ਰੈਸ਼ਰ ਚੱਲਦੇ ਨੇ ਸੋ ਇਹਦੇ 'ਤੇ ਵੀ ਹੁਣ ਹੁਣ ਜੇ ਜਨੂਬੀ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਥੱਲੇ ਨੂੰ ਚੱਲ ਜਾਂਦੇ ਹਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਭੁੱਲਰ ਸਾਹਿਬ ਅਜਾਜ਼ ਅਤੇ ਆਹ ਦੂਜਾ ਗੁਰਮੁਖੀ ਵਾਲਾ ਭਾਈ ਇਹਦਾ ਨਾਂ ਨਹੀਂ ਪੜ੍ਹਨਾ ਹੁੰਦਾ ਕੰਵਲ ਢਿੱਲੋਂ ਲਖਵਿੰਦਰ ਜੀ ਆਹ ਸਾਰੇ ਜਿੰਨੇ ਦੋਸਤ ਵੇਂਦੇ ਆ ਆਹ ਆਪਣਾ ਨਵਾਂ ਬਣਾਇਆ ਪੇਜ ਮੇਰੇ ਪਰਸਨਲ ਨਾਂ ਤੋਂ ਇਹਨੂੰ ਜ਼ਰੂਰ ਲਾਈਕ ਕਰ ਲਿਓ ਇੱਕ ਵਾਰੀ ਸੋ ਇਹਦੇ 'ਚ ਵਿਕਾਸ ਉਹਦੇ 'ਚ ਵੀ ਵੇਖਣਾ ਪੈਣਾ ਵੀ ਹੁਣ ਹੁਣ ਮੌਜੂਦਾ ਸੂਰਤ ਹਾਲ ਦੇ ਮੁਤਾਬਕ ਉਹਨਾਂ ਨੂੰ ਸਾਨੂੰ ਜਿਹੜੇ ਮਾਸਕ ਨੇ ਖਾਸ ਤੌਰ 'ਤੇ ਉਹ ਜ਼ਰੂਰੀ ਤੌਰ 'ਤੇ ਯੂਜ਼ ਕਰਨੇ ਪੈਣੇ ਇਹਨਾਂ ਦਿਨਾਂ ਦੇ ਵਿੱਚ ਉਹ ਮਾਸਕ ਸਾਡਾ ਦੇਸੀ ਇੱਕ ਝਟਕਾ ਜਿਹਾ ਤਰੀਕਾ ਹੁੰਦਾ ਉਹ ਅਸੀਂ ਮੂੰਹ ਬੰਨ ਲੈਂਦੇ ਹਾਂ ਆਪਣੇ ਜਿਹੜੇ ਯਾਨੀ ਉਹ ਜਿਹੜੇ ਹੁੰਦੇ ਨੇ ਰੁਮਾਲ ਜੇ ਕਹਿ ਲਓ ਜਾਂ ਕੋਈ ਵੀ ਜਿਹੜਾ ਪੱਗ ਵੈਸੇ ਵੀ ਹੁਣ ਵੈਸੇ ਵੀ ਚਲੋ ਪੱਗ ਤੋਂ ਹਟ ਗਏ ਹੁਣ ਤੇ ਮਾਸਕ ਆਮ ਰੂਟੀਨ ਦੇ ਵਿੱਚ ਨੋਰਮਲ ਬਹੁਤ ਸਾਰੇ ਲੋਕ ਮਿਲਦੇ ਨੇ ਜਿਹੜੀਆਂ ਫੈਕਟਰੀਆਂ ਮਿੱਲਾਂ ਸਾਡੇ ਬੰਦ ਹੋ ਗਈਆਂ ਉਹ ਮਾਸਕ ਬਣਾਉਣ ਡੇ ਨੇ ਉਹ ਈਜ਼ੀਲੀ ਅਵੇਲੇਬਲ ਹੋ ਗਿਆ ਤੇ ਇਸ ਤੋਂ ਹਟ ਕੇ ਇੱਕ ਹੋਰ ਮੇਰੇ ਸਾਹਮਣੇ ਅੱਜ ਗੁਜ਼ਰੀ ਸੀ ਉਰਦੂ ਪੁਆਇੰਟ ਵਾਲਿਆਂ ਇੱਕ ਵੀਡੀਓ ਲਾਈ ਸੀ ਵੜਾਏ ਸਾਹਿਬ ਨੇ ਇੱਕ ਹੈ ਛੋਟੀ ਜਿਹੀ ਟੈਕਸਟਾਈਲ ਵਾਲਾ ਉਹਨੇ ਜਿਹੜੀਆਂ ਕਿੱਟ ਨੇ ਡਾਕਟਰਸ ਵਾਲੀਆਂ ਨਾ 40,000 ਕਿੱਟਾਂ ਜਿਹੜੀਆਂ ਨੇ ਫ੍ਰੀ ਜਿਹੜੀਆਂ ਇੱਕ ਬੰਦੇ ਨੇ 40,000 ਅਰੇਂਜ ਕਰਕੇ ਆਪਣੇ ਆਪਣੇ ਉਹਨੇ ਪ੍ਰੋਡਿਊਸ ਕਰਕੇ ਆਪਣੇ ਬਣਾ ਕੇ ਆਪਣੀ ਫਰਮ ਤੋਂ ਉਹ ਤੇ ਇਹਨੇ ਫ੍ਰੀ ਵੰਡੀਆਂ ਤੇ ਜਿਹੜਾ ਮਾਫੀਆ ਵਾ ਜਿਹੜਾ ਇਹ ਬਣਾਉਂਦਾ ਵਾ ਉਹਨਾਂ ਨੇ ਉਹ ਤੇ ਸਖ਼ਤ ਉੱਥੇ ਤਨਕੀਦ ਕੀਤੀ ਆ ਵੀ ਤੂੰ ਇਹ ਕਿਉਂ ਕੀਤਾ ਇਹ ਕੀ ਕੀਤਾ ਵੀ ਅਸੀਂ ਤੇ ਪੈਸੇ ਕਮਾਉਣੇ ਸੀ ਸੋ ਇਸ ਤਰ੍ਹਾਂ ਦੇ ਵੀ ਲੋਕ ਹੈਗੇ ਨੇ ਬਿਲਕੁਲ ਬਿਲਕੁਲ ਜਿਹੜੇ ਕੁਝ ਅੱਛਾ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਦੇ ਮੋਹਰੇ ਵੀ ਆ ਜਾਂਦੇ ਸਾਹਮਣੇ ਵੀ ਆ ਜਾਂਦੇ ਮਾਫੀਆ ਬਿਲਕੁਲ ਕੰਮ ਕਰਦਾ ਹਰ ਦੌਰ ਦੇ ਵਿੱਚ ਹਰ ਟਾਈਮ ਦੇ ਵਿੱਚ ਜਿਹੜਾ ਮਾਫੀਆ ਵੈਸੇ ਤੇ ਕਹਿੰਦੇ ਆ ਵੀ ਆਪਾਂ ਐਕਸਪੋਰਟ ਕਰਦੇ ਹਾਂ ਜਿੰਨੇ ਹੁਣ ਵੱਡੇ ਟੈਕਸਟਾਈਲ ਵਾਲੇ ਨੇ ਇੰਨਾ ਪੈਸਾ ਕਮਾਉਂਦੇ ਆ ਐਕਸਪੋਰਟ ਕਰਦੇ ਆ ਇੱਥੇ ਬੈਕ ਇੰਡਸਟਰੀਆਂ ਲਾਈਆਂ ਜੇ ਹੁਣ ਇੱਕ ਬੰਦਾ ਛੋਟੇ ਜਿਹੇ ਇੰਡਸਟਰੀ ਵਾਲਾ 40,000 ਵੰਡ ਸਕਦਾ ਲੈ ਕੇ ਤੇ ਤੁਸੀਂ ਡਾਕਟਰਾਂ ਧਰਨੇ ਦੇਣ ਡਿਆ ਵੀ ਸਾਨੂੰ ਕਿੱਟਾਂ ਤੇ ਪੂਰੀਆਂ ਦੋ ਤੇ ਇਹ ਇੰਨਾ ਕੰਮ ਵੀ ਨਹੀਂ ਕਰ ਸਕਦੇ ਮਰਨ ਲੱਗੇ ਬਸ ਇਸੇ ਤਰ੍ਹਾਂ ਉਹ ਹੁਣ ਇੱਕ ਨਸ਼ਾ ਉਹਨਾਂ ਦਾ ਟੁੱਟਦਾ ਪਿਆ ਨਾ ਕਮਾਈ ਦਾ ਬੇਸਿਕਲੀ ਮਸਲਾ ਹੀ ਇਹ ਵੇ ਤੇ ਬਿਲਕੁਲ ਅਸੀਂ ਗੱਲ ਕਰਦੇ ਪਏ ਸੀ ਵਾਢੀਆਂ ਦੇ ਉੱਤੇ ਪੰਜਾਬ ਦੀ ਵਾਢੀਆਂ ਚੱਲਦੀਆਂ ਪਈਆਂ ਉਹ ਵੀ ਹੁਣ ਕਿਸ ਤਰ੍ਹਾਂ ਵਾਢੀਆਂ ਦੇ ਵੀ ਆਪਾਂ ਥੋੜੀ ਗੱਲ ਕਰਦੇ ਹਾਂ ਤੇ ਉਹਦੇ ਤੇ ਉਹਦੇ ਤੇ ਵਿਕਾਸ ਵੀ ਹੁਣ ਜਿਹੜੇ ਮਾਸਕ ਨੇ ਈਜ਼ੀਲੀ ਅਵੇਲੇਬਲ ਨੇ ਹੁਣ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਮੇਰਾ ਖਿਆਲ ਹੈ ਹੁਣ ਖਾਸ ਤੌਰ ਤੇ ਜਿਹੜੀ ਪਿੰਡਾਂ ਦੀ ਜਨਤਾ ਵਾ ਜਿੱਥੇ ਥਰੈਸ਼ਰਾਂ ਚੱਲਣੀਆਂ ਜਾਂ ਕ੍ਰਸ਼ਰ ਚੱਲਣੀਆਂ ਮਸ਼ੀਨਾਂ ਚੱਲਣੀਆਂ ਵਾਢੀਆਂ ਹੋਣੀਆਂ ਅੱਜ ਕੱਲ੍ਹ ਤੇ ਪਹਿਲਾਂ ਤੇ ਵਾਢੇ ਨਹੀਂ ਲੱਭਦੇ ਹੁੰਦੇ ਤੇ ਹੁਣ ਤੇ ਵਾਢੇ ਵੀ ਆਮ ਹੋਣੇ ਹੁਣ ਅਸੀਂ ਆਪ ਹੀ ਤਿਆਰ ਆ ਨਜ਼ਲਾ ਜ਼ੁਕਾਮ ਗਲੇ ਖਰਾਬ ਜ਼ਿਆਦਾ ਹੁੰਦੇ ਘੱਟੇ ਮਿੱਟੀ ਦੀ ਵਜ੍ਹਾ ਨਾਲ ਅਸੀਂ ਅਗਰ ਮਾਸਕ ਮੇਰਾ ਖਿਆਲ ਇਹਨਾਂ ਦਿਨਾਂ ਚ ਮਹੀਨਾ ਯੂਜ਼ ਕਰ ਲਾਂਗੇ ਸਖਤੀ ਦੇ ਨਾਲ ਤੇ ਉਹਦੀ ਬਚਤ ਰਹੇਗੀ ਨਹੀਂ ਤਾਂ ਇਹਦੇ ਨਾਲ ਨੁਕਸਾਨ ਹੋ ਸਕਦਾ ਬਾਕੀ ਪਰਿੰਦੇ ਤੁਸੀਂ ਵੇਖਦੇ ਵਾਰਾਂ ਸੁਣਦੇ ਮੈਂ ਅੱਗੇ ਕੱਲ ਵੀ ਇੱਕ ਲਾਈਵ ਚ ਗੱਲ ਕਰਨ ਆ ਤੇ ਪਰਿੰਦੇ ਵੀ ਹੁਣ ਜਾਨਵਰ ਵੀ ਜਿਹੜੇ ਖੁਸ਼ ਨੇ ਲੈ ਬਈ ਇਨਸਾਨ ਤੇ ਅਸੀਂ ਘਰਾਂ ਚ ਰੱਬ ਨੇ ਵਾੜਦੇ ਕੁਦਰਤ ਨੇ ਇਹਨਾਂ ਨਾਲ ਕੀ ਬਣੀ ਸਹੀ ਗੱਲ ਬਿਲਕੁਲ ਇਸੇ ਤਰ੍ਹਾਂ ਚਲੋ ਇਹ ਵੇਖੇ ਇੱਕ ਬਹੁਤ ਵੱਡਾ ਯਾਨੀ ਅਲਮੀਆ ਪੂਰੀ ਦੁਨੀਆ ਵਾਸਤੇ ਵੀ ਇਹ ਯਾਨੀ ਸੋਚ ਵੀ ਅਸੀਂ ਕਰ ਸਕਦੇ ਹਾਂ ਵਿਹਲੇ ਘਰ ਬੈਠੇ ਹਾਂ ਕਿ ਇੱਕ ਉਹ ਵਕਤ ਸੀ ਜਦੋਂ ਅਸੀਂ ਸੋਚਦੇ ਸੀ ਕਿ ਸ਼ਾਇਦ ਸਾਡੇ ਤੋਂ ਬਗੈਰ ਸਾਡਾ ਘਰ ਨਹੀਂ ਚੱਲਦਾ ਪਿਆ ਜਾਂ ਦੁਨੀਆ ਨਹੀਂ ਚੱਲਦੀ ਪਈ ਵੀ ਦੁਨੀਆ ਸੋਚਦਾ ਵੀ ਦੁਨੀਆ ਰੋਕ ਨਹੀਂ ਸਕਦੀ ਆ ਜਹਾਜ਼ ਚੱਲਦੇ ਆ ਜੇ ਆਪਾਂ ਖੋਲ ਕੇ ਵੇਖ ਰਹੇ ਨੇ ਐਂ ਲੱਗਦਾ ਸੀ ਵੀ ਪੂਰੀ ਦੁਨੀਆ ਉੱਤੇ ਜਾ ਜਾਂਦੀ ਤੁਰੀ ਫਿਰਨ ਡਈ ਬਿਲਕੁਲ ਇਸੇ ਤਰ੍ਹਾਂ ਜਾਂ ਰੇਲਾਂ ਗੱਡੀਆਂ ਦੇ ਤੁਰੀ ਫਿਰਨ ਡਈ ਕਿਤੇ ਵੀ ਚੱਲ ਜਾਓ ਹਸਪਤਾਲ ਚੱਲ ਜਾਓ ਲੱਗਦਾ ਸਾਰੀ ਦੁਨੀਆ ਇੱਥੇ ਹੀ ਉਹ ਸਾਰਾ ਕੁਝ ਰੁਕਿਆ ਰੁਕਿਆ ਪਿਆ ਉਹ ਸਾਰਾ ਕੁਝ ਰੱਬ ਨੇ ਦੱਸਿਆ ਵੀ ਰੱਬ ਹੈਗਾ ਬਿਲਕੁਲ ਇਸੇ ਤਰ੍ਹਾਂ ਕੀ ਕਹਿੰਦੇ ਆ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰਦੀ ਹੈ ਕਰ ਗਈ ਉਹ ਕੁਝ ਸਾਇੰਸ ਉੱਥੇ ਤੱਕ ਨਹੀਂ ਪਹੁੰਚੀ ਤੇ ਸਾਇੰਸ ਵੀ ਸੋਚਦੀ ਹੈ ਸਾਇੰਸ ਵੀ ਕਹਿੰਦੇ ਆ ਵੀ ਇਹਦੇ ਪਿੱਛੇ ਕੁਛ ਨਾ ਕੁਛ ਤਾਂ ਹੈਗਾ ਜਦੋਂ ਸਾਇੰਸ ਦੇ ਹੱਥ ਨਹੀਂ ਉਹ ਗੱਲ ਅੱਜ ਤੱਕ ਨਹੀਂ ਪਤਾ ਲੱਗ ਸਕਿਆ ਤੇ ਪਿੱਛੇ ਕੌਣ ਹੈ ਰੱਬ ਹੀ ਹੈ ਰੱਬ ਹੀ ਹੈ ਬਿਲਕੁਲ ਤੇ ਰੱਬ ਨੇ ਆਪਣਾ ਵਿਖਾਇਆ ਬਿਲਕੁਲ ਇਸੇ ਤਰ੍ਹਾਂ ਇਹ ਦੁਨੀਆਦਾਰੀ ਜਿਹੜੀ ਹੈ ਸਾਰੀ ਬਿਲਕੁਲ
ਐ ਜਿਵੇਂ ਲੱਗਦਾ ਸੀ ਇੱਕ ਮਿੰਟ ਵਾਸਤੇ ਰੋਕ ਨਹੀਂ ਸਕਦਾ ਆਪਣਾ ਕੰਮ। ਮੈਂ ਪਰਸਨਲੀ ਆਪਣੀ ਗੱਲ ਕਰਦਾ, ਅਸੀਂ ਆਨੇ ਵੀ ਉਹ ਟਾਈਮ ਹੈ ਹੀ ਨਹੀਂ ਸਾਡੇ, ਉਹ ਯਾਰ ਕੀ ਕਰੀਏ ਟਾਈਮ ਹੀ ਨਹੀਂ ਹੈਗਾ। ਮੈਨੂੰ ਉਹ ਟਾਈਮ ਦੀ ਗੱਲ ਤੋਂ ਯਾਦ ਆ ਗਿਆ, ਗੁਰਪ੍ਰੀਤ ਘੁੱਗੀ ਸਾਹਿਬ ਹਰਾਂ ਕੋਲ ਜਦੋਂ ਪੁੱਛਿਆ ਨਾ ਤੁਸੀਂ ਕਿ ਤੁਸੀਂ ਪਾਕਿਸਤਾਨ ਕਦੋਂ ਆਉਣਾ, ਉਹਨੇ ਕਿਹਾ ਜਦੋਂ ਮੇਰੇ ਕੋਲ ਚਾਰ ਪੰਜ ਦਿਨ ਦਾ ਟਾਈਮ ਹੋਇਆ। ਉਹ ਵੇਖੋ ਹੁਣ ਟਾਈਮ ਹੀ ਟਾਈਮ ਬਣਿਆ ਵੇ, ਵੇਖੋ ਹਾਂ ਉਹ ਕਹਿੰਦੇ ਵੀ 4-5 ਦਿਨ ਦਾ ਟਾਈਮ ਹੋਇਆ ਤੇ ਮੈਂ ਗੈਪ ਹੋਇਆ ਤੇ ਗੈਪ ਹੋਇਆ, ਇਨਸਾਨ ਕੋਲ ਟਾਈਮ ਹੀ ਨਹੀਂ ਹੈ ਆਪਣੇ ਵਾਸਤੇ, ਟਾਈਮ ਨਹੀਂ ਹੈ। ਸੋ ਹੁਣ ਟਾਈਮ ਦੇ ਢੇਰ ਲੱਗੇ, ਹੁਣ ਜਿਵੇਂ ਮਰਜ਼ੀ ਬਹਿਓ। ਆਹ ਵੇਖੋ 4 ਫੁੱਟ ਦੂਰ ਤੂੰ ਬੈਠਾ, 4 ਫੁੱਟ ਦੂਰ ਮੈਂ ਬੈਠਾ, ਖੁੱਲੇ ਆਰਾਮ ਨਾਲ ਬੈਠ ਕੇ ਗੱਪਾਂ ਮਾਰਦੇ ਹਾਂ, ਮਿਠਾਏ ਬਿਲਕੁਲ ਇਸੇ ਤਰ੍ਹਾਂ। ਸੋ ਇਹ ਜੀ ਪਹਿਲਾ ਅੱਜ ਲਾਈਵ ਸੀ ਸਾਡਾ, ਦਲੇਰ ਪੰਨੂ, ਬਲਦੇਵ ਸਿੰਘ ਜੀ ਤੇ ਹੋਰ ਜਿੰਨੇ ਵੀ ਦੋਸਤ ਜੁੜੇ ਨੇ ਨਾਲ। ਮੈਂ ਅੱਜ ਪੇਜ ਬਣਾਇਆ ਸੀ, ਸਾਰੇ ਦੋਸਤ ਇਹਨੂੰ ਸ਼ੇਅਰ ਵੀ ਕਰ ਦਿਓ ਅਤੇ ਲਾਈਕ ਵੀ ਕਰ ਦਿਓ। ਕੁਛ ਨਾ ਕੁਛ ਅਪਡੇਟ ਜਿਹੜੀ ਆ ਛੋਟੀ ਮੋਟੀ ਪਾਕਿਸਤਾਨ ਦੀ ਇੱਧਰ ਦੀ ਕਰੋਨਾ ਨੂੰ ਲੈ ਕੇ ਜਾਂ ਹੋਰ ਮੁਖਤਲਿਫ ਮੁੱਦਿਆਂ ਨੂੰ ਲੈ ਕੇ ਉਹ ਤੁਹਾਡੇ ਤੱਕ ਰੱਖਦੇ ਰਹਾਂਗਾ, ਜਿੰਨੀ ਕੁ ਸਾਡੀ ਅਕਲ ਨੇ ਕੰਮ ਕੀਤਾ, ਸਾਡੀ ਸਮਝ ਨੇ ਕੰਮ ਕੀਤਾ, ਉਹ ਤੁਹਾਡੇ ਤੱਕ ਰੱਖਦੇ ਰਹਾਂਗੇ। ਮਿਲਦੇ ਹਾਂ ਫਿਰ, ਰੱਬ ਰੱਖੇ। ਬਹੁਤ ਸ਼ੁਕਰੀਆ ਜੀ ਸਾਰਿਆਂ ਦਾ।